Thank you.
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਸ਼ਬਦ ਆਪਾਂ ਬਖਸ਼ਿਸ਼ ਕਰਕੇ ਨਵਾਜਿਆ ਹੈ, ਗੁਰੂ ਪਾਤਸ਼ਾਹ ਜੀ ਦੇ ਪਾਵਨ ਵਚਨ ਹਨ, ਮੈਂ ਨਾਹੀ ਪ੍ਰਭ ਸਭ ਕੁਛ ਤੇਰਾ। ਇੱਕ ਇੱਕ ਵਚਨ ਵੱਲ ਬੜੇ ਧਿਆਨ ਦੇ ਨਾਲ ਵਿਚਾਰ ਕਰਨ ਦੀ, ਦ੍ਰਿਸ਼ਟੀ ਪਾਉਣ ਦੀ ਲੋੜ ਹੈ। ਵੈਸੇ ਤਾਂ ਗੁਰੂ ਨੂੰ ਕੋਈ ਮੁਕੰਮਲ ਰੂਪ ਦੇ ਵਿੱਚ ਦੇਖ ਨਹੀਂ ਸਕਦਾ, ਗੁਰੂ ਤੋਂ ਦੇਖੀ ਉਹ ਚੀਜ਼ ਜਾ ਸਕਦੀ ਹੈ ਜਿਹਦੀ ਕੋਈ ਸੀਮਾ ਹੋਏ। ਜਿਹੜਾ ਅਸੀਮ ਹੈ, ਜਿਹਦੀ ਹੱਦ ਨਹੀਂ ਕੋਈ, ਉਹਨੂੰ ਸਾਡੀਆਂ ਨਜ਼ਰਾਂ ਚਾਹ ਕੇ ਵੀ ਦੇਖ ਨਹੀਂ ਸਕਦੀਆਂ। ਜਿਸ ਤਰ੍ਹਾਂ ਪਰਮੇਸ਼ਰ ਅਸੀਮ ਹੈ, ਉਹਦੀ ਕੋਈ ਹੱਦ ਨਹੀਂ, ਉਹਦੀ ਕੋਈ ਸੀਮਾ ਨਹੀਂ। ਇਸੇ ਤਰ੍ਹਾਂ ਜਿਹਨਾਂ ਹਿਰਦਿਆਂ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਭਾਵਨਾ ਹੈ, ਪਿਆਰ ਹੈ, ਸ਼ਰਧਾ ਹੈ, ਉਹ ਤੇ ਐਸਾ ਜਾਣਦੇ ਨੇ ਗੁਰ ਪਰਮੇਸ਼ਰ ਇੱਕੋ ਜਾਣ ਜੋ ਤਿਸ ਭਾਵੈ ਸੋ ਪ੍ਰਵਾਣ ਸੰਬੰਧ ਵਿਰੋਧ ਸਰੀਰ ਹਮ ਦੇਖਿਆ ਇੱਕ ਵਸਤ ਅਨੋਖ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਪਰ ਜਿਹਨਾਂ ਨੇ ਆਪਣੇ ਦਿਮਾਗੀ ਘੋੜੇ ਭਜਾ ਕੇ ਆਪਣੀ ਅਕਲ ਦੇ ਦਾਇਰੇ ਦੇ ਅੰਦਰ ਸਤਿਗੁਰਾਂ ਨੂੰ ਸਮਝਣ ਦਾ ਯਤਨ ਕੀਤਾ, ਉਹ ਨਾ ਸਮਝ ਲੋਕ ਜਿਹੜੇ ਪਰਮੇਸ਼ਰ ਦਾ ਅਤੇ ਗੁਰੂ ਦਾ ਅੰਤ ਪਾਉਣਾ ਚਾਹੁੰਦੇ ਹਨ, ਉਹਨਾਂ ਦਾ ਆਪਣਾ ਤੇ ਅੰਤ ਹੋ ਜਾਂਦਾ ਹੈ। ਉਹ ਆਪਣਾ ਆਪ ਤੇ ਗਵਾ ਬੈਠਦੇ ਹਨ, ਆਪਣੇ ਜੀਵਨ ਦਾ ਸੰਤੁਲਨ ਖੋ ਬੈਠਦੇ ਹਨ। ਪਰ ਉਸ ਪਾਰ ਬ੍ਰਹਮ ਪਰਮੇਸ਼ਰ ਦਾ, ਬੇਅੰਤ ਸਤਿਗੁਰੂ ਦਾ ਅੱਜ ਤੱਕ ਕੋਈ ਅੰਤ ਨਹੀਂ ਪਾ ਸਕਿਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਭਾਵਨਾ ਵਾਲੇ ਹਿਰਦੇ ਵੱਲ ਤੱਕਦੇ ਹੈ, ਕੋਈ ਪ੍ਰੇਮ ਸ਼ਰਧਾ ਅਤੇ ਸਤਿਕਾਰ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਜਾ ਕੇ ਆਪਣੇ ਮਨ ਦੇ ਕੁਝ ਬਲਬਲੇ, ਕੁਝ ਸਵਾਲ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੱਖਦਾ ਹੈ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਦਿਲ ਦੇ ਉੱਤੇ, ਉਹਦੇ ਮਨ ਦੇ ਉੱਤੇ, ਉਹਦੀ ਬੁੱਧੀ ਦੇ ਉੱਤੇ ਆਪਣੇ ਪ੍ਰਕਾਸ਼ ਦੀ ਕੋਈ ਨਾ ਕੋਈ ਕਿਰਨ ਪਾ ਕੇ ਉਹਦੇ ਜੀਵਨ ਦੇ ਵਿੱਚੋਂ ਸੱਚੇ ਗਿਆਨ ਦੇ ਜ਼ਰੂਰ ਦਰਸ਼ਨ ਕਰਾਉਂਦੇ ਹਨ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਮੈਂ ਨਾਹੀ ਪ੍ਰਭ ਸਭ ਕੁਛ ਤੇਰਾ। ਇਸ ਪੰਕਤੀ ਦੇ ਦੋ ਭਾਗ ਕਰਕੇ ਆਪਾਂ ਕਰੀਏ, ਇਹ ਗੱਲ ਤੇ ਆਪਾਂ ਵੀ ਸਾਰੇ ਕਹਿ ਦਿੰਦੇ ਹਾਂ ਕਿ ਸਭ ਕੁਝ ਪਰਮਾਤਮਾ ਦਾ ਹੈ, ਸਭ ਕੁਝ ਗੁਰੂ ਦਾ ਹੈ, ਸਭ ਕੁਝ ਮਾਲਕ ਦਾ ਹੈ, ਸਭ ਕੁਝ ਵਾਹਿਗੁਰੂ ਜੀ ਦਾ ਹੈ। ਸਹਿ ਸੁਭਾਅ ਹੀ ਆਪਾਂ ਕਥਾ ਕਹਾਣੀਆਂ ਸੁਣ ਕੇ, ਗੁਰਦੁਆਰਿਆਂ ਵਿੱਚ ਕੀਤੀ ਹੋਈ ਵਿਚਾਰ ਨੂੰ ਸੁਣ ਕੇ, ਕੀਰਤਨ ਨੂੰ ਸੁਣ ਕੇ, ਗੁਰੂ ਸਾਹਿਬ ਦੇ ਸ਼ਬਦਾਂ ਨੂੰ ਸੁਣ ਕੇ ਕਹਿੰਦੇ ਹਾਂ ਤੇ ਬੋਲਦੇ ਹਾਂ ਕਿ ਸਾਰਾ ਕੁਝ ਪਰਮਾਤਮਾ ਦਾ। ਪਰ ਸਭ ਕੁਝ ਪਰਮਾਤਮਾ ਦਾ ਕਹਿਣ ਦੇ ਬਾਵਜੂਦ ਵੀ ਆਪਾਂ ਆਪਣੀ ਕੋਈ ਹਸਤੀ, ਆਪਣੀ ਕੋਈ ਹੋਂਦ, ਆਪਣੀ ਕੋਈ ਮਨੋਦ ਮੰਨੀ ਬੈਠੇ ਹਾਂ ਕਿ ਅਸੀਂ ਵੀ ਕੁਝ ਹਾਂ। ਜੇ ਸਭ ਕੁਝ ਪਰਮਾਤਮਾ ਦਾ ਹੈ, ਸਾਡੀ ਵੀ ਕੋਈ ਹੋਂਦ ਹੈ, ਸਾਡੀ ਵੀ ਕੋਈ ਹਸਤੀ ਹੈ, ਸਾਡੀ ਵੀ ਕੋਈ ਮਨੋਦ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਤੋਂ, ਇਸ ਅਵਸਥਾ ਤੋਂ ਅੱਗੇ ਜਾ ਕੇ ਜੀ ਵਚਨ ਕੀਤੇ ਆ। ਗੁਰੂ ਪਾਤਸ਼ਾਹ ਜੀ ਨੇ ਨਾਲ ਕਹਿ ਦਿੱਤਾ ਕਿ ਮੇਰਾ ਕੁਝ ਵੀ ਨਹੀਂ, ਸਾਰਾ ਕੁਝ ਤੇਰਾ ਹੀ ਹੈ। ਪਰ ਇੱਥੇ ਗੁਰੂ ਪਾਤਸ਼ਾਹ ਜੀ ਖਲੋਤੇ ਨਹੀਂ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਮੈਂ ਹਾਂ ਹੀ ਕੁਝ ਨਹੀਂ, ਮੇਰੀ ਹਸਤੀ ਹੀ ਕੋਈ ਨਹੀਂ, ਮੇਰਾ ਵਜੂਦ ਹੀ ਕੋਈ ਨਹੀਂ। ਮੇਰੇ ਪਿਆਰਿਆ, ਸਭ ਕੁਝ ਤੂੰ ਹੀ ਹੈ, ਮੈਂ ਤੇਰੇ ਨਾਲੋਂ ਵਿਛੜੀ ਹੋਈ ਇੱਕ ਬੂੰਦ ਹਾਂ, ਜਿਵੇਂ ਸਾਗਰ ਤੋਂ ਵਿਛੜੀ ਹੋਈ ਬੂੰਦ ਸਾਗਰ ਦੀ ਹੀ ਅੰਸ਼ ਹੋਇਆ ਕਰਦੀ ਹੈ, ਉਹਦਾ ਹੀ ਇੱਕ ਅੰਗ, ਉਹਦਾ ਹੀ ਇੱਕ ਰੂਪ ਹੋਇਆ ਕਰਦੀ ਹੈ। ਇਸੇ ਤਰ੍ਹਾਂ ਪਿਆਰੇ ਪ੍ਰੀਤਮ ਜੀ, ਮੈਂ ਤੇਰੇ ਨਾਲੋਂ ਵਿਛੜਿਆ ਜ਼ਰੂਰ ਹਾਂ, ਪਰ ਤੇਰੇ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਕੈਸੀ ਉੱਚੀ ਅਵਸਥਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਲੈ ਕੇ ਜਾ ਰਹੇ ਹਨ। ਫਿਰ ਦਾਸ ਬੇਨਤੀ ਕਰੇਗਾ, ਜ਼ਰੂਰ ਸਮਝਣ ਦੀ ਖੇਚਲਾ ਕਰਿਓ। ਇਹ ਗੱਲ ਨੂੰ ਕਿਸੇ ਨਾ ਕਿਸੇ ਹੱਦ ਤੱਕ ਬਹੁਤੀ ਵਾਰੀ ਆਪਾਂ ਪ੍ਰਵਾਨ ਕਰ ਲੈਂਦੇ ਹਾਂ ਕਿ ਪਰਮਾਤਮਾ ਦਾ ਸਭ ਕੁਝ ਦਿੱਤਾ ਹੋਇਆ ਹੈ। ਜਦੋਂ ਬਾਣੀ ਦੇ ਐਸੇ ਸ਼ਬਦ ਸਾਡੇ ਕੰਨਾਂ ਵਿੱਚ ਗੂੰਜਦੇ ਨੇ, ਦਿੱਤਾ ਦਾਤਾ ਏਕ ਹੈ ਸਭ ਤੋਂ ਦੇਵਨਹਾਰ, ਦੇਂਦੇ ਤੋਟ ਨਾ ਆਵੇ ਅਗੰਤ ਭਰੇ ਭੰਡਾਰ, ਜਦੋਂ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ
ਘਰ ਦੇ ਵਿੱਚ ਆ ਕੇ ਐਸੀਆਂ ਬਾਣੀ ਦੀਆਂ ਤੁਕਾਂ ਨੂੰ ਸਰਵਣ ਕਰਦੇ ਹਾਂ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਤਾਂ ਸਾਡੇ ਮਨ ਵਿੱਚ, ਸਾਡੇ ਖਿਆਲ ਦੇ ਵਿੱਚ, ਸਾਡੇ ਧਿਆਨ ਦੇ ਵਿੱਚ ਇਹ ਅਵਸਥਾ ਤੇ ਕਿਤੇ ਨਾ ਕਿਤੇ ਬਣ ਜਾਂਦੀ ਹੈ ਕਿ ਸਭ ਕੁਝ ਪਰਮਾਤਮਾ ਦਾ। ਪਰ ਇਸ ਤੋਂ ਅੱਗੇ ਜਾ ਕੇ ਇੱਥੇ ਜਾ ਕੇ ਖੜੇ ਹੋਣਾ ਕਿ ਸਾਡਾ ਤੇ ਕੁਝ ਹੈ ਹੀ ਨਹੀਂ, ਬਲਕਿ ਅਸੀਂ ਖੁਦ ਹੀ ਕੁਝ ਹੈ ਨਹੀਂ, ਸਾਡੀ ਕੋਈ ਹਸਤੀ ਨਹੀਂ, ਸਾਡਾ ਕੋਈ ਵਜੂਦ ਨਹੀਂ, ਸਾਡੇ ਅੰਦਰ ਬੈਠਾ ਹੋਇਆ ਪਰਮਾਤਮਾ ਉਹਦੀ ਜੋਤ, ਉਹਦੀ ਜੋ ਅੰਸ਼ ਹੈ ਉਹ ਸਾਡੇ ਅੰਦਰ ਵਰਤ ਰਹੀ ਹੈ, ਸਾਡੇ ਅੰਦਰ ਕੰਮ ਕਰ ਰਹੀ ਹੈ, ਉਹ ਸਾਡੇ ਅੰਦਰ ਆਪ ਹੀ ਬੈਠ ਕੇ ਸਾਰੀ ਖੇਡ ਖੇਡ ਰਿਹਾ ਹੈ ਅਤੇ ਆਪਣੇ ਨੇਤਰਾਂ ਦੇ ਨਾਲ ਆਪ ਹੀ ਦੇਖ ਰਿਹਾ ਹੈ। ਖਾਸਾ ਕੀ ਵਾਰ ਦੇ ਵਿੱਚ ਆਪਾਂ ਵਚਨ ਪੜ੍ਹਦੇ ਹਾਂ, ਆਪੀ ਨੈ ਆਪ ਸਾਜਿਓ, ਆਪੀ ਨੈ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਜਾਓ। ਪਰਮਾਤਮਾ ਨੇ ਇਸ ਕੁਦਰਤ ਨੂੰ ਸਾਜਿਆ, ਆਪਾਂ ਵੀ ਕੁਦਰਤ ਦੇ ਵਿੱਚ ਹਾਂ, ਪ੍ਰਕਿਰਤੀ ਦੇ ਵਿੱਚ ਹਾਂ, ਉਹਦੀ ਰਚਨਾ ਦਾ ਇੱਕ ਅੰਗ ਹਾਂ। ਬਲਕਿ ਬਾਣੀ 'ਚ ਕਹਿੰਦੀ ਹੈ ਕਿ ਜਿਤਨੀ ਪਰਮਾਤਮਾ ਨੇ ਕੁਦਰਤ ਸਾਜੀ ਹੈ, ਸਭ ਤੋਂ ਸੁੰਦਰ ਸਰੂਪ ਪਰਮਾਤਮਾ ਨੇ ਮਨੁੱਖ ਦਾ ਬਣਾਇਆ ਹੈ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਪੈ ਤੇਰੀ ਸਿਕਦਾਰੀ, ਜਬ ਰਾਸੀ ਲੱਗ ਜੋਨ ਪਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਹ ਤੈਨੂੰ ਵਡੱਪਣ ਦਿੱਤਾ ਪਰਮਾਤਮਾ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਰਮਾਤਮਾ ਜਿਹੜਾ ਨਾ ਉਹ ਤੇਰੇ ਅੰਦਰ ਆਪ ਵਿਰਾਜਮਾਨ ਹੋ ਕੇ ਬੈਠਾ ਹੈ, ਤੇਰੇ ਅੰਦਰ ਹੀ ਵਸ ਰਿਹਾ ਹੈ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਵਿੱਤਰ ਬਾਣੀ ਦੇ ਵਿੱਚ ਵਾਰ ਵਾਰ ਦੇ ਬਚਨ ਕਰਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਆਪਣੇ ਸਰੂਪ ਨੂੰ, ਆਪਣੇ ਅਸਲੇ ਨੂੰ ਪਛਾਣ ਮੇਰੇ ਮਨਾ, ਤੂੰ ਆਪਣੇ ਆਪ ਨੂੰ ਸਰੀਰ ਮੰਨੀ ਬੈਠਾ ਹੈ ਪਰ ਤੂੰ ਜੋਤ ਸਰੂਪ ਹੈ, ਤੂੰ ਪ੍ਰਕਾਸ਼ ਸਰੂਪ ਹੈ। ਪਰ ਇਹ ਸੋਝੀ, ਇਹ ਗਿਆਨ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਹੜੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਗੁਰੂ ਦੀ ਮੱਤ ਦੇ ਅੰਦਰੋਂ ਗੁਜ਼ਰ ਕੇ ਪ੍ਰੇਮ ਦੇ ਰੰਗ ਵਿੱਚ ਰੰਗੇ ਗਏ, ਪ੍ਰੇਮ ਦੇ ਦਰਵਾਜ਼ੇ ਤੱਕ ਪਹੁੰਚ ਗਏ। ਉਹਨਾਂ ਨੂੰ ਇਹ ਦਿਸਿਆ, ਸਭ ਮੈਂ ਜੋਤ, ਜੋਤ ਹੈ ਸੋਏ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ, ਸਭ ਜੋਤ ਤੇਰੀ ਜਗ ਜੀਵਨਾ, ਤੂੰ ਘੱਟ ਘੱਟ ਹਰ ਰੰਗ ਰੰਗਣਾ, ਸਭੈ ਘੱਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾਂ ਤੂੰ ਬੋਲੇ ਰੇ। ਇਹ ਅਵਸਥਾ ਉਹਨਾਂ ਦੀ ਬਣ ਗਈ। ਔਰ ਅੱਜ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਵਚਨ ਕੀਤੇ ਨੇ, ਭਗਤ ਕਬੀਰ ਜੀ ਵੀ ਜਦੋਂ ਇਸ ਅਵਸਥਾ ਵਿੱਚ ਜੁੜਦੇ ਨੇ, ਦੀਵਾਨਗੀ ਦੀ ਅਵਸਥਾ ਵਿੱਚ ਪਹੁੰਚਦੇ ਨੇ, ਮਸਤਾਨੇ ਹੋ ਜਾਂਦੇ ਨੇ ਆਪਣੇ ਪਿਆਰੇ ਪ੍ਰੀਤਮ ਦੇ ਪ੍ਰੇਮ ਦੇ ਵਿੱਚ, ਤਾਂ ਉਹਨਾਂ ਦੇ ਹਿਰਦੇ ਵਿੱਚੋਂ ਵੀ ਕੁਝ ਇਸ ਤਰ੍ਹਾਂ ਦੇ ਵਚਨ ਨਿਕਲਦੇ ਆ। ਔਰ ਸਾਰੀਆਂ ਸੰਗਤਾਂ ਨੇ ਪ੍ਰੇਮ ਨਾਲ ਪੜ੍ਹਨਾ, ਤਿੰਨ ਹਿੱਸਿਆਂ ਵਿੱਚ ਬੋਲਣ ਦੀ ਕਿਰਪਾਲਤਾ ਕਰੋ, ਪਹਿਲਾਂ ਦਾਸ ਬੋਲੇਗਾ, ਫਿਰ ਸਾਰੇ ਵੀਰ, ਤੀਸਰੇ ਹਿੱਸੇ ਦੇ ਵਿੱਚ ਭੈਣਾਂ ਨੂੰ ਵੀ ਬੇਨਤੀ ਹੈ, ਸਾਰੇ ਬੋਲਿਓ ਤਾਂ ਕਿ ਸਾਡੀ ਸੁਰਤ ਕਰਕੇ ਹਾਜ਼ਰੀ ਗੁਰੂ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਜਾਏ। ਕਬੀਰ ਮੇਰਾ ਮੁੱਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲੱਗਿਆ ਮੇਰਾ। ਭਗਤ ਕਬੀਰ ਜੀ ਕੀ ਬਚਨ ਕਰਦੇ ਨੇ, ਆਓ ਸਾਡੀ ਵੀ ਕਿਤੇ ਇਹ ਅਵਸਥਾ ਬਣ ਜਾਏ। ਸਾਰੇ ਪੜ੍ਹੋ ਪਿਆਰ ਦੇ ਨਾਲ। ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਤੇਰਾ
ਤੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਜੋ ਕੁਛ ਤੇਰਾ ਦਿੱਤਾ ਹੋਇਆ ਉਹ ਤੇ ਤੇਰਾ ਹੈ ਹੀ। ਪਰ ਮੈਂ ਜਦੋਂ ਆਪਣੇ ਅੰਦਰ ਦੇਖਦਾ ਹਾਂ, ਮੇਰਾ ਆਪਣਾ ਵੀ ਤੇ ਕੋਈ ਵਜੂਦ ਨਹੀਂ, ਮੈਂ ਵੀ ਤੇ ਆਪਣਾ ਵਜੂਦ ਝੂਠ ਦੀ ਬੁਨਿਆਦ ਦੇ ਉੱਤੇ ਬਣਾ ਕੇ ਬੈਠਾ। ਧਿਆਨ ਦੇਣਾ ਗੁਰੂ ਜੀ, ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਨੂੰ ਮਿਲ ਕੇ ਆਪਣੇ ਆਪੇ ਨੂੰ ਗਵਾ ਦੇਣਾ। ਦੁਨੀਆ ਬਣਾਉਣਾ ਚਾਹੁੰਦੀ ਹੈ, ਗੁਰੂ ਦੇ ਪਿਆਰੇ ਗਵਾਉਣਾ ਚਾਹੁੰਦੇ ਆ। ਔਰ ਹਕੀਕਤ ਇਹ ਹੈ ਗੁਰਮੁਖੋ, ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਗਵਾ ਲਿਆ, ਜਿਨ੍ਹਾਂ ਨੇ ਗਵਾ ਲਿਆ ਉਹਨਾਂ ਨੇ ਗੁਰੂ ਨਾਨਕ ਨੂੰ ਪਾ ਲਿਆ। ਆਪਣੇ ਆਪ ਨੂੰ ਗਵਾਉਣਾ ਹੀ ਪਾਉਣਾ ਹੈ, ਹੋਰ ਕੋਈ ਰਸਤਾ ਨਹੀਂ। ਆਪ ਗਵਾਈਏ ਤਾਂ ਸਭ ਪਾਈਏ, ਔਰ ਕੈਸੀ ਚਤੁਰਾਈ, ਹੋਰ ਕਿਹੜੀ ਅਕਲ ਦੇ ਘੋੜੇ ਭਜਾਵਾਂਗੇ ਆਪਾਂ, ਕਿਹੜੇ ਗਿਆਨ ਦੀਆਂ ਗੱਲਾਂ ਕਰਦੇ ਹਾਂ, ਇਸ ਹੰਕਾਰ ਦੀ ਹਵਾ ਦੇ ਵਿੱਚ ਜੀ ਰਹੇ ਹਾਂ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਈ ਕਸਰ ਛੱਡੀ ਨਹੀਂ, ਕੋਈ ਭੁਲੇਖਾ ਛੱਡਿਆ ਨਹੀਂ, ਕੋਈ ਵਹਿਮ ਕੋਈ ਭਰਮ ਮਨ ਦੇ ਵਿੱਚ ਰਹਿਣ ਹੀ ਨਹੀਂ ਦਿੱਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਪਾਉਣਾ ਚਾਹੁੰਦਾ ਹੈ ਤਾਂ ਆਪਣੇ ਆਪ ਨੂੰ ਗਵਾਉਣਾ ਸਿੱਖ ਲਾ। ਕਬੀਰ ਮੇਰਾ ਮੁੱਝ ਮੈਂ ਕਿਛ ਨਹੀਂ, ਗੱਲ ਇੱਥੋਂ ਸ਼ੁਰੂ ਕਰ ਕਿ ਮੇਰਾ ਕੋਈ ਵਜੂਦ ਹੀ ਨਹੀਂ, ਮੇਰੇ ਅੰਦਰ ਵੀ ਮੇਰਾ ਕੁਝ ਨਹੀਂ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ, ਇਹ ਜੀਵ ਵੀ ਤੇਰਾ ਇਹ ਪਿੰਡ ਵੀ ਤੇਰਾ, ਜੀਵ ਤੋਂ ਭਾਵ ਆਤਮਾ ਵੀ ਤੇਰੀ, ਪਿੰਡ ਤੋਂ ਭਾਵ ਸਰੀਰ ਵੀ ਤੇਰਾ, ਇਹ ਪ੍ਰਾਣ ਵੀ ਤੇਰੇ ਇਹ ਸਵਾਸ ਵੀ ਤੇਰੇ, ਮੇਰਾ ਤੇ ਕੁਝ ਹੈ ਹੀ ਨਹੀਂ। ਇਸ ਅਵਸਥਾ ਵਿੱਚ ਪਹੁੰਚ ਕੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਪਾਵਨ ਵਚਨ ਬਖਸ਼ਿਸ਼ ਕੀਤੇ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਹਿੰਦੁਸਤਾਨ ਦੀ ਧਰਤੀ ਦੇ ਬੜੇ ਲੰਬੇ ਲੰਬੇ ਦੌਰੇ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ, ਮੁਰਦਿਆਂ ਵਿੱਚ ਜਾਨ ਪਾਈ, ਸੁੱਤੀ ਹੋਈ ਮਨੁੱਖਤਾ ਨੂੰ ਜਗਾ ਕੇ, ਮਦਹੋਸ਼ ਹੋਇਆਂ ਨੂੰ ਹੋਸ਼ ਵਿੱਚ ਲਿਆ ਕੇ ਆਪਣੇ ਬਰਾਕਮਈ ਵਚਨਾਂ ਦਾ ਅਣਿਆਲਾ ਤੀਰ ਮਾਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨੁੱਖਤਾ ਦੇ ਵਿੱਚੋਂ ਮਨੁੱਖੀ ਤੱਤ ਨੂੰ ਬਾਹਰ ਕੱਢ ਕੇ ਪ੍ਰਗਟ ਕਰਕੇ ਉਹਨਾਂ ਨੂੰ ਦੇਵਤਿਆਂ ਵਾਲਾ ਜੀਵਨ ਵੰਡਿਆ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੇ ਪ੍ਰਚਾਰਕ ਦੌਰੇ ਕਰ ਰਹੇ ਸਨ, ਇਤਿਹਾਸ ਦੇ ਕੁਝ ਵਚਨ ਦਾਸ ਆਪ ਜੀ ਦੇ ਨਾਲ ਸਾਹਮਣੇ ਰੱਖਦਾ ਹੋਇਆ ਵਿਚਾਰ ਦੀ ਲੜੀ ਨੂੰ ਅੱਗੇ ਲੈ ਕੇ ਜਾਣ ਦਾ ਯਤਨ ਕਰੇਗਾ। ਧਮਧਾਨ ਸਾਹਿਬ ਦੇ ਇਲਾਕੇ ਵਿੱਚ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ, ਇਲਾਕੇ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਏ ਨੇ, ਅਤੇ ਜਿਹਨਾਂ ਹਿਰਦਿਆਂ ਦੇ ਵਿੱਚ ਪਿਆਰ ਹੋਵੇ ਉਹ ਇਸ ਤਰ੍ਹਾਂ ਗੁਰੂ ਦੇ ਚਰਨਾਂ ਵੱਲ ਖਿੱਚੇ ਤੁਰੇ ਆਉਂਦੇ ਨੇ ਜਿਸ ਤਰ੍ਹਾਂ ਚੁੰਬਕ ਦਾ ਕੋਈ ਵੱਡਾ ਟੁਕੜਾ ਹੋਵੇ ਉਹਦੇ ਨਾਲ ਛੋਟੇ ਛੋਟੇ ਲੋਹੇ ਦੇ ਜਿਹੜੇ ਜਰਰੇ ਨੇ ਉਹ ਆਪ ਖਿੱਚੇ ਤੁਰੇ ਆਉਂਦੇ ਨੇ ਅਤੇ ਉਹਦੇ ਕੋਲ ਆ ਕੇ ਘੁੱਟ ਕੇ ਉਹਨੂੰ ਫੜ ਲੈਂਦੇ, ਉਹਦੇ ਨਾਲ ਜੁੜ ਜਾਂਦੇ ਆ। ਜਿਸ ਤਰ੍ਹਾਂ ਮਿਸ਼ਰੀ ਨੂੰ ਖੰਡ ਨੂੰ ਭਾਵੇਂ ਆਪਾਂ ਜਿੱਥੇ ਮਰਜ਼ੀ ਲੁਕਾ ਕੇ ਰੱਖ ਲਈਏ, ਕੀੜੀ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਫਲਾਣੀ ਥਾਂ 'ਤੇ ਮਿੱਠਾ ਰੱਖਿਆ ਹੋਇਆ ਮਿਸ਼ਰੀ ਪਈ ਹੋਈ ਹੈ, ਉਹ ਆਪ ਲੱਭ ਕੇ ਭਾਵੇਂ ਕਿੰਨੇ ਵੀ ਯਤਨ ਕਰਨੇ ਪੈਣ ਉਸ ਖੰਡ ਤੱਕ ਉਸ ਮਿਸ਼ਰੀ ਤੱਕ ਪਹੁੰਚ ਜਾਂਦੀ ਹੈ। ਇਸੇ ਤਰ੍ਹਾਂ ਗੁਰਮੁਖੋ, ਜਿਨ੍ਹਾਂ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਪ੍ਰੇਮ ਹੁੰਦਾ ਨਾ, ਉਹਨਾਂ ਨੂੰ ਬਹੁਤਾ ਪ੍ਰਚਾਰ ਕਰਨ ਦੀ ਲੋੜ ਨਹੀਂ ਜਾਂ ਐਡਵਰਟੇਜਮੈਂਟ ਕਰਨ ਦੀ ਲੋੜ ਨਹੀਂ, ਪਬਲਿਸਿਟੀ ਕਰਨ ਦੀ ਲੋੜ ਨਹੀਂ, ਉਹਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ
ਅਨੋਖੀ ਪ੍ਰੀਤ ਦੇ ਵਿੱਚ ਬੰਨੇ ਹੋਏ ਆਪ ਮਹਾਰੇ ਹੀ ਸਤਿਗੁਰੂ ਨੂੰ ਦੇਖਣ ਵਾਸਤੇ ਸਦਾ ਤਾਂਘਦੇ ਰਹਿੰਦੇ ਉਡੀਕਦੇ ਰਹਿੰਦੇ ਆ ਕਿ ਕਦੋਂ ਭਾਗਾਂ ਵਾਲੀ ਘੜੀ ਆਏਗੀ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਣਗੇ, ਉਹਨਾਂ ਦੇ ਵਚਨ ਸੁਣਾਂਗੇ, ਉਹਨਾਂ ਦੀ ਸੰਗਤ ਪ੍ਰਾਪਤ ਹੋਏਗੀ। ਇੱਕ ਬੇਨਤੀ ਦਾਸ ਵਿੱਚ ਕਰ ਦੇਵੇ, ਕਿਉਂਕਿ ਗੁਰਮੁਖ ਅੱਜ ਸਿਧਾਦੇ ਜੋ ਸਿਧਾਂਤ ਹਨ, ਜੋ ਸਾਡੀਆਂ ਪਰੰਪਰਾਵਾਂ ਹਨ, ਜੋ ਸਾਡੀਆਂ ਬੁਨਿਆਦਾਂ ਹਨ, ਉਹਨਾਂ ਦੇ ਉੱਤੇ ਬੜੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਹਨ। ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਕੀਰਤਨ ਦੀ ਕਥਾ ਦੀ ਲੋੜ ਹੀ ਨਹੀਂ ਰਹਿਣੀ। ਧਿਆਨ ਦੇਣਾ ਗੁਰਮੁਖੋ, ਭਾਵੇਂ ਸਾਡੇ ਮੋਬਾਈਲ ਦੇ ਵਿੱਚ, ਸਾਡੇ ਘਰ ਦੀ ਟੀਵੀ ਦੀ ਸਕਰੀਨ ਦੇ ਉੱਤੇ ਜਿੰਨਾ ਮਰਜ਼ੀ ਕੀਰਤਨ ਆਪਾਂ ਸੁਣੀਏ, ਕਥਾ ਸੁਣੀਏ, ਇਹਦਾ ਮਤਲਬ ਇਹ ਨਹੀਂ ਕਿ ਸਾਧ ਸੰਗਤ ਦੀ ਮਹੱਤਤਾ ਕਦੇ ਘੱਟ ਹੋ ਜਾਏਗੀ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸਾਧ ਸੰਗਤ ਬਣਾਈ ਹੈ ਨਾ, ਜਿੰਨੀ ਦੇਰ ਤੱਕ ਆਪਾਂ ਸਰੀਰਕ ਤੌਰ 'ਤੇ ਉਸ ਸਾਧ ਸੰਗਤ ਵਿੱਚ ਜਾ ਕੇ ਹਰੀ ਦੇ ਗੁਣ ਨਹੀਂ ਗਾਉਂਦੇ, ਉਨੀ ਦੇਰ ਤੱਕ ਵਾਹਿਗੁਰੂ ਦਾ ਮਿਲਾਪ ਨਹੀਂ ਹੋਣਾ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਕਹਿੰਦੀ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਪਰਮਾਤਮਾ ਨੂੰ ਪਾਇਆ, ਉਹਨਾਂ ਉਹਨਾਂ ਨੇ ਸਾਧ ਸੰਗਤ ਦੇ ਵਿੱਚ ਆ ਕੇ ਹੀ ਪਾਇਆ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰਮੁਖੋ, ਗੱਲ ਕਰਨ ਤੋਂ ਪਹਿਲਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਿਧਾਂਤਾਂ ਦੇ ਉੱਤੇ ਜਿੱਥੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ, ਉੱਥੇ ਪਹਿਰਾ ਦੇਣ ਦੀ ਵੀ ਲੋੜ ਹੈ। ਕਿਉਂਕਿ ਅੱਜ ਗੁਰਦੁਆਰਿਆਂ ਦੇ ਵਿੱਚ ਆਪਾਂ ਜਾ ਕੇ ਦੇਖਦੇ ਹਾਂ, ਸੰਗਤਾਂ ਦੀ ਹਾਜ਼ਰੀ, ਸੰਗਤਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਘੱਟਦੀ ਜਾ ਰਹੀ ਹੈ। ਕਾਰਨ ਕੀ ਹੈ? ਕਿਉਂਕਿ ਸਾਨੂੰ ਇੱਦਾਂ ਮਹਿਸੂਸ ਹੋਣ ਲੱਗਿਆ ਕਿ ਬਹੁਤ ਸਾਰਾ ਕਥਾ ਕੀਰਤਨ, ਗੁਰਮਤਿ ਵਿਚਾਰਾਂ, ਸਾਖੀਆਂ, ਪ੍ਰਚਾਰ ਹਰ ਰੋਜ਼ ਆਪਾਂ ਮੀਡੀਆ ਰਾਹੀਂ ਸਰਵਣ ਕਰ ਲੈਂਦੇ ਹਾਂ ਔਰ ਸਾਨੂੰ ਸਾਰੀ ਨੌਲੇਜ ਆ ਗਈ, ਸਾਡੇ ਕੋਲ ਗਿਆਨ ਆ ਗਿਆ। ਪਰ ਨਹੀਂ ਗੁਰਮੁਖੋ, ਸਾਧ ਸੰਗਤ ਬਣਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੋ ਨਾਨਕ ਜਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣਾ। ਜਿਨ੍ਹਾਂ ਨੇ ਆਪਣੇ ਮਨ ਨੂੰ ਰੰਗਣਾ ਨਾ, ਉਹਨਾਂ ਨੂੰ ਸੰਗਤ ਵਿੱਚ ਜਾ ਕੇ ਹੀ ਰੰਗ ਚੜ੍ਹਨਾ, ਸੰਗਤ ਵਿੱਚ ਜਾ ਕੇ ਹੀ ਜੀਵਨ ਤਬਦੀਲ ਹੋਣਾ ਹੈ। ਘਰ ਬੈਠਿਆਂ ਗਿਆਨ 'ਤੇ ਆ ਸਕਦਾ ਪਰ ਪ੍ਰੇਮ ਨਹੀਂ ਜਾ ਸਕਦਾ। ਪ੍ਰੇਮ ਉਹਨਾਂ ਹੀ ਹਿਰਦਿਆਂ ਵਿੱਚ ਜਾ ਸਕਦਾ ਹੈ, ਪ੍ਰਵੇਸ਼ ਕਰ ਸਕਦਾ ਹੈ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਦਹਿਲੀਜ਼ਾਂ 'ਤੇ ਆ ਕੇ ਆਪਣਾ ਮੱਥਾ ਰੱਖਦੇ ਨੇ ਔਰ ਆਪਣੇ ਪਿਆਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖਲੋ ਕੇ ਪੜ੍ਹਦੇ ਨੇ। ਸਾਰੇ ਬੋਲਿਓ ਜੀ, ਦਰਸ਼ਨ ਦੇਖ ਕੀ ਮਾਪੁਰ ਤੇਰਾ, 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 ਦਰਸ਼ਨ ਦੇਖ ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰ ਹੋਏ ਪ੍ਰਭ ਮੇਰਾ। ਉਹਦੇ ਗੁਰੂ ਦਾ ਦਰਸ਼ਨ ਦੇਖ ਕੇ
ਸਾਧ ਸੰਗਤ ਵਿੱਚ ਜਾ ਕੇ ਏਦਾਂ ਮਹਿਸੂਸ ਕਰਦੇ ਆ ਕਿ ਉਹਨਾਂ ਨੂੰ ਨਵਾਂ ਜੀਵਨ ਮਿਲ ਗਿਆ। ਜਦੋਂ ਮਨ ਦੇ ਵਿੱਚ ਸੋਕਾ ਪੈ ਜਾਏ ਨਾ, ਗੁਰੂ ਕੋ ਸੋਕਾ, ਹੁਣ ਤੇ ਰੋਤੀ ਸੋਕੇ ਦੀ ਚੱਲ ਰਹੀ ਹੈ, ਕੇਵਲ ਬਾਹਰਲੀ ਹਵਾ ਹੀ ਖੁਸ਼ਕ ਨਹੀਂ ਹੋਈ, ਗੁਰੂ ਕੋ ਸਾਡੇ ਜੀਵਨ ਵੀ ਖੁਸ਼ਕ ਹੋ ਗਏ। ਜਿਹੜੀ ਕੌਮ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਗਾਂ ਦੇ ਵਿੱਚ ਬੰਨਿਆ ਸੀ, ਰਾਗਾਂ ਵਿੱਚ ਧਿਆਨ ਦੇਣਾ, ਜਿਹੜੀ ਕੌਮ ਨੂੰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਗ ਅਤੇ ਤਾਲ ਦੇ ਵਿੱਚ ਬੰਨ ਦਿੱਤਾ ਸੀ, ਗੁਰਮੁਖੋ ਤੁਹਾਡਾ ਜੀਵਨ ਰਾਗ ਅਤੇ ਤਾਲ ਦੇ ਵਿੱਚ ਮੈਂ ਇਸ ਕਰਕੇ ਬੰਨਿਆ ਕਿ ਤੁਹਾਡੇ ਜੀਵਨ ਦੇ ਵਿੱਚ ਇੱਦਾਂ ਦਾ ਪ੍ਰੇਮ ਦਾ ਸੰਗੀਤ ਗੂੰਜੇ ਕਿ ਤੁਹਾਡੇ ਸੰਗੀਤ ਨੂੰ ਸੁਣ ਕੇ ਪਰਮਾਤਮਾ ਆਪ ਚੱਲ ਕੇ ਤੁਹਾਡੇ ਕੋਲ ਆ ਜਾਏ। ਇਸ ਧਰਤੀ ਦੇ ਉੱਤੇ ਇੱਕੋ ਇੱਕ ਗ੍ਰੰਥ ਜਿਹਨੂੰ ਗੁਰੂ ਦੀ ਪਦਵੀ ਮਿਲੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਅਤੇ ਇੱਕੋ ਇੱਕ ਗ੍ਰੰਥ ਜਿਹਦੀ ਸਮੁੱਚੀ ਬਾਣੀ ਬਹੁ ਹਿੱਸਾ ਬਾਣੀ ਦਾ ਰਾਗ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਧਿਆਨ ਦੇਣਾ ਗੁਰੂ ਦੀ ਸੰਗਤ, ਅੱਜ ਉਸ ਕੌਮ ਦੇ ਵਿੱਚ ਜੋ ਦਸ਼ਾ ਬਣੀ ਹੋਈ ਹੈ, ਜੋ ਨਫ਼ਰਤ ਦੀ ਹਨੇਰੀ ਚੱਲੀ ਹੋਈ ਹੈ, ਜੋ ਨਿੰਦਿਆ ਦੇ ਚੱਕਰ ਝੁੱਲ ਰਹੇ ਨੇ, ਜੋ ਭਰਾ ਮਾਰੂ ਜੰਗ ਛਿੜੀ ਹੋਈ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੰਗਤ ਜੁੜ ਕੇ ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਅਰਦਾਸ ਕਰਦੀ ਹੁੰਦੀ ਸੀ, ਅੱਜ ਸਾਨੂੰ ਆਪਣਾ ਭਲਾ ਮੰਗਣ ਦੀ ਲੋੜ ਹੈ। ਅੱਜ ਅਰਦਾਸ ਬੇਨਤੀ ਆਪਣੇ ਆਪ ਮਲ ਕਰਨ ਦੀ ਲੋੜ ਹੈ, ਜਗਤ ਜਲੰਧਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਭਰੈ ਤਿੱਤਾ ਲਿਹੋ ਕੁਬਾਰ। ਸੱਚੇ ਪਾਤਸ਼ਾਹ ਈਰਖਾ ਦੀ ਜਿਹੜੀ ਅੱਗ ਦੀਆਂ ਲੱਖਾਂ ਤੋਂ ਆਪ ਜੀ ਨੇ ਸਮੁੱਚੇ ਸੰਸਾਰ ਨੂੰ ਜਾ ਕੇ ਬਚਾਇਆ, ਅੱਜ ਉਸੇ ਅੱਗ ਦੀਆਂ ਲੱਖਾਂ ਤੇਰੇ ਸਿੱਖਾਂ ਦੇ ਘਰ ਦੇ ਵਿੱਚ ਵੜ ਕੇ ਉਹਨਾਂ ਦੇ ਜੀਵਨ ਨੂੰ ਤਬਾਹ ਕਰ ਰਹੀਆਂ। ਇੱਕ ਸ਼ਾਇਰ ਨੇ ਬੜੇ ਪਿਆਰੇ ਬੋਲ ਲਿਖੇ ਨੇ, ਦਿਲ ਕੇ ਪਖੋਲੇ ਜਲ ਉੱਠੇ ਸੀਨੇ ਕੇ ਦਾਗ ਸੇ, ਇਸ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ ਸੇ। ਕਹਿੰਦੇ ਘਰ ਨੂੰ ਅੱਗ ਲੱਗ ਗਈ ਪਰ ਅੱਗ ਕਿਤੋਂ ਬਾਹਰੋਂ ਨਹੀਂ ਲੱਗੀ, ਘਰ ਦੇ ਵਿੱਚ ਪਏ ਹੋਏ ਦੀਵੇ ਨੇ ਘਰ ਨੂੰ ਸਾੜ ਕੇ ਰੱਖ ਦਿੱਤਾ। ਅੱਜ ਬਾਹਰੋਂ ਅੱਗ ਲਾਉਣ ਵਾਲੇ ਨਹੀਂ ਆ ਰਹੇ, ਗੁਰਮੁਖੋ ਸਾਡੀ ਕੌਮ ਦੇ ਵਿੱਚ ਸਿੱਖੀ ਦੇ ਭੇਸ ਦੇ ਵਿੱਚ ਹੀ ਕੁਝ ਏਦਾਂ ਦੇ ਬੰਦੇ ਆ ਕੇ ਵੜ ਗਏ ਜਿਨ੍ਹਾਂ ਨੇ ਬਲ ਕੇ ਸਮੁੱਚੀ ਕੌਮ ਦੇ ਵਿੱਚ ਈਰਖਾ ਦੀ ਅੱਗ ਦੀ ਭਾਂਡ ਮਚਾ ਦਿੱਤੀ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਸਾਡੇ ਅੰਦਰ ਭਾਈਚਾਰਕ ਸਾਂਝਾ, ਪ੍ਰੇਮ, ਪਿਆਰ, ਇਕਜੁੱਟਤਾ, ਇਹ ਸਾਰੀਆਂ ਜਿਹੜੀਆਂ ਮਹਾਨ ਦਾਤਾਂ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਸਾਨੂੰ ਨਵਾਜਿਆ ਸੀ, ਉਹ ਸਾਡੇ ਜੀਵਨ ਦਾ ਹਿੱਸਾ ਬਣ ਜਾਣ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਧਮਧਾਮ ਸਾਹਿਬ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ, ਗੁਰੂ ਪਾਤਸ਼ਾਹ ਜੀ ਦੀ ਆਮਦ ਸੁਣ ਕੇ ਸੰਗਤਾਂ ਦੂਰੋਂ ਦੂਰੋਂ ਆਈਆਂ ਦਰਸ਼ਨ ਕਰਨ ਵਾਸਤੇ, ਭਾਰੀ ਜੋੜ ਮੇਲੇ ਹੋਣ ਲੱਗੇ, ਦੀਵਾਨ ਸਜਣ ਲੱਗੇ, ਗੁਰੂ ਪਾਤਸ਼ਾਹ ਜੀ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ, ਕੀਰਤਨ ਦੀ ਬਚਨਾਂ ਦੀ ਵਰਖਾ ਹੋ ਰਹੀ ਹੈ। ਆਹ ਜਿਹੜਾ ਮੌਸਮ ਚੱਲ ਰਿਹਾ ਨਾ, ਧਰਤੀ ਲੋ ਚੱਲਦੀ ਹੈ, ਕਦੇ ਹਨੇਰੀ ਆ ਜਾਂਦੀ, ਕਦੇ ਗਰਦ ਚੜ੍ਹ ਜਾਂਦੀ ਹੈ ਸਮਾਨ ਨੂੰ, ਇਹ ਮੌਸਮ ਚੱਲ ਰਿਹਾ ਤੇ ਜਿੱਥੇ ਹੋਰ ਸੰਗਤਾਂ ਆਉਂਦੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਇੱਕ ਸਿੱਖ ਜੀ ਦਾ ਇਤਿਹਾਸ ਦੇ ਪੰਨਿਆਂ ਦੇ ਉੱਤੇ ਨਾਮ ਆਇਆ, ਭਾਈ ਰਾਮਦੇਵ। ਭਾਵੇਂ ਬਾਅਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਦਾ ਨਾਮ ਤਬਦੀਲ ਕਰ ਦਿੱਤਾ, ਇਹਨੇ ਸੰਗਤਾਂ ਦੀ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ। ਗੁਰੂ ਦੇ ਚਰਨਾਂ ਵਿੱਚ ਜਾ ਕੇ ਜੋ ਬਾਣੀ ਦੇ ਵਚਨ ਆਪਾਂ ਕੱਢਦੇ ਹਾਂ, ਪਾਣੀ ਪੱਖਾ ਪੀਸ ਦਾਸ ਕਹਿ ਸਭ ਹੋਏ ਨਿਹਾਲ, ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾਲ। ਪੱਖਾ ਫੇਰੀ ਪਾਣੀ ਢੋਵਾਂ, ਹਰ ਜਨ ਕੈ ਪੀਸਣ ਪੀਸ ਕਮਾਵਾਂ, ਨਾਨਕ ਕੀ ਪ੍ਰਪਾਸ ਬਨੰਤੀ ਤੇਰੇ ਜਨ ਦੇਖਣ ਪਾ। ਇਹਨੇ ਆਪਣੇ ਸਿਰ ਦੇ ਗਾਗਰ ਚੁੱਕ ਲਈ, ਗਾਗਰ ਪਾਣੀ ਦੀ ਭਰ ਕੇ ਲੈ ਕੇ ਆਉਣੀ ਤੇ ਜਿੱਥੇ ਸੰਗਤ ਨੇ ਦੀਵਾਨ ਸਜਾਉਣਾ,
उस जगह के द्वारे लिया लिया के पानी का छिड़काव करी जाना ते मन की यह भावना कि संगत के शरीर के उत्ते उन्होंने वस्त्रों के उत्ते उड़ के मिट्टी ना बह जाए। संगत जब द्वार में बैठती है उन्होंने गर्मी महसूस ना हो ध्यान देना गुरु जेडे चाहते हैं कि दूजे ठंडे ठार रह दूजों का तन ते मन शांत रहे जेडे इस भावना के कुछ ना कुछ घालना करते हैं सेव कमाते हैं गुरु को खुश करते हैं संगत की प्रसन्नता लेंगे है उन्होंने एक दिन सतगुरु सच्चे पातशाह जी के घर के बहुत वाला मान प्राप्त हो जाता है बिच दुनिया सेव कमाई है ना दरगाह बैसन पाई है कहो नानक बहाल लड़ाई है इतने नहीं परमात्मा की दरगाह के उन्होंने सुखरू होके जाने का अवसर प्रदान हो जाता है। सतगुरु सच्चे पातशाह जी ने बहुत वे सिद्धांत सू उपस्थित किए जिमें अभी प्रचार आप कर रहे हैं ना कि सब कुछ मीडिया से होने लग जाना कि जान की जोड़ नहीं घर बैठे ही सब कुछ हो जाना फिर गुरमुखो संगत को पखा धगण की सेवा कौन करो जोड़े झाड़न की सेवा किमें होगी पानी ढोन दिया सेवावान किमें हो अज शाम वेले जो तो दवान सजना से दो घंटे पहला ही हुक्म आया कि काकड़े नगर की कुछ संगत या कुछ परिवार वालों संगतान जल छाने की सेवा छबील लाने की सेवा की जानी तो सच जाने गुरु ग्रंथ साहब सच्चे पातशाह जी धूरी में बैठ के दास बोल रहा है गल छबील लाने की नहीं है गल यह है कि जो आप हरिमंदर साहब जाने वे स्थानों पर जाने सतगुरु सच्चे पातशाह जी दीयां प्रकरमा दे विच लगियां होईयां छबीलां नूं जदों आपां तकदे हां ते साडा मन प्यार दे नाल भर जांदा है। धन गुरु रामदास सच्चे पातशाह जी धन गुरु रामदास सच्चे पातशाह जी आप मुहारे ही साडे खूह दे विचों निकल आउंदा है। सच्चे पातशाह तूं किन्ना दयालू है तेरे सेवादार तेरा दर तेरा घर किन्ना कु महान है आवाजा मार मार के भुखियां नूं भोजन छकाया जा रहा है आवाजा दे दे के प्यासियां नूं पानी पिलाया जा रहा है जदों उत्थे जा के इसे ही सेवा नूं आपां इन्नी महान गिणदे हाँ ते अपने पिंड दे विच अपने इलाके दे स्थानां ते आ के सानूं की सेवावां क्यों भुल जांदियां आपां परौणे बण के आउंदे हां गुरुद्वारे दीवान दा समां 7:30 बजे 9 बजे आपां आउंदे हां वी जिवें परौणे आए हो गुस्सा ना करिओ ये जिहड़े स्थान ने गुरमुखो संगतां दे नाल ही चलदे आ संगतां दे नाल ही सोभदे है इन्हां भागां वालों समां होवे जदों हर पूर्णमा च कोई ना कोई नगरे सेवा लवे भी अज असीं जल छकाउण दी सेवा लैणी है अपने आप मंग के सेवा लई जाए अज असीं जोड़े झाड़न की सेवा करनी है जदों इह गल्लां सहज सुभा ही साडे मन दे विच आ जाणगियां ते जाणियो साडे अंदर सिक्खी उग रही है उग ध्यान देना गुरु को बीज पाउण दे विच ते उगण दे विच बड़ा फर्क है बीज पा रहे हैं आपां पर सिक्खी उगदी किते किते दिखाई दे रही है जिन्हां दे जीवन दे विच सिक्खी उगदी है सिक्खी उगदी है सिक्खी पनपदी है सिक्खी मौलदी है सिक्खी विकसदी है उन्हां दे अंदर फिर प्यार दी ऐसी लहर उठदी है ते ओह गाउंदे ही नहीं बल्कि इन्हां अखरां नूं अपने जीवन का हिस्सा बनाउंदे ने किहड़े अखर सारे बड़े प्यार दे नाल पक्का फेरा ते पानी होवा गुरु दिया संगता पाया पक्का फेरा ते पानी होवा गुरु दिया संगता पाया पक्का फेरा ते पानी होवा गुरु दिया संगता पाया Oh,
ऐसिया महान सेवावां जिन्हां दे अंदर सिख दी भावना प्यार श्रद्धा विश्वास लुकिया हुंदा करे बख्शिश करे केवल वड्डे स्थानां ते जा के ही नहीं अपने पिंड लैवल तों पिंडां दे गुरद्वारियां तों इलाके दे गुरद्वारियां तों ਇਹ ਸਾਨੂੰ ਲਗਨ ਲੱਗੇ ਵੱਡੇ ਸਥਾਨਾਂ ਤੋਂ ਆਪਾਂ ਸਿੱਖਿਆ ਲੈ ਕੇ ਆਈਏ ਅਤੇ ਆਪਣੇ ਇਲਾਕੇ ਵਿੱਚ ਆ ਕੇ ਉਹਨੂੰ ਪ੍ਰੈਕਟੀਕਲ ਕਰੀਏ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅੱਜ ਸ਼ਾਮ ਦੇ ਦੀਵਾਨ ਵਿੱਚ ਆਏ, ਬੜੀ ਗਰਮੀ ਹੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੁਗਰਦੇ ਨਿਗਾਹ ਭਰ ਕੇ ਤੱਕਿਆ ਤੇ ਦੂਰ ਦੂਰ ਤੱਕ ਧਰਤੀ ਜਿਹੜੀ ਹੈ ਨਾ ਗਿੱਲੀ ਹੋਈ ਨਜ਼ਰ ਆਈ। ਅੰਤਰਜਾਮੀ ਦਾਤਾ ਜੀ ਸਭ ਕੁਝ ਜਾਣਦੇ ਸੀ ਪਰ ਆਪਣੇ ਸਿੱਖ ਦੇ ਜੀਵਨ ਨੂੰ ਸੰਗਤ ਵਿੱਚ ਪ੍ਰਗਟ ਕਰਨਾ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਵਿਆਪੀ ਪੈ ਕੇ ਹਟਿਆ, ਦੂਰ ਦੂਰ ਤੱਕ ਧਰਤੀ ਗਿੱਲੀ ਹੋਈ ਹੈ, ਠੰਡੀ ਹਵਾ ਆ ਰਹੀ ਹੈ, ਮਿੱਟੀ ਘੱਟਾ ਕੋਈ ਕੁੱਟ ਨਹੀਂ ਰਿਹਾ। ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦਾ ਸਿੱਖ ਹੈ ਭਾਈ ਰਾਮਦੇਵ, ਉਹ ਸੱਚੇ ਪਾਤਸ਼ਾਹ ਜੀ ਨਾ ਦਿਨੇ ਰਾਮ ਕਰਦਾ ਨਾ ਰਾਤ ਨੂੰ, ਸਾਰਾ ਸਾਰਾ ਦਿਨ ਰਾਤ ਨੂੰ ਵੀ ਲੱਗਾ ਰਹਿੰਦਾ ਹੈ, ਪਾਣੀ ਦੀਆਂ ਗਾਗਰਾਂ ਭਰ ਭਰ ਕੇ ਲਿਆਈ ਜਾਂਦਾ ਤੇ ਛਿੜਕੀ ਜਾਂਦਾ। ਉਹਦੇ ਮਨ ਦੀ ਭਾਵਨਾ ਕਿ ਜਿੱਥੇ ਦੀਵਾਨ ਸੱਜਦਾ ਸੰਗਤ ਨੂੰ ਗਰਮੀ ਨਾ ਲੱਗੇ, ਧੂੜ ਮਿੱਟੀ ਉੱਡ ਕੇ ਸੰਤਾਂ ਦੇ ਵਸਤਰਾਂ ਤੇ ਨਾ ਪਵੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਅੱਜ ਤੁਹਾਨੂੰ ਬੁਲਾ ਕੇ ਲੈ ਕੇ ਆਏ, ਸਜਿਆ ਹੋਇਆ ਦੀਵਾਨ ਭਾਈ ਰਾਮਦੇਵ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਪਹੁੰਚਦੇ ਆ, ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਜਦੋਂ ਨਮਸਕਾਰ ਕਰਕੇ ਹੱਥ ਜੋੜ ਕੇ ਖੜੇ ਹੋ ਗਏ, ਅੱਖਾਂ ਨੀਵੀਆਂ ਹਨ, ਸੀਸ ਝੁਕਿਆ ਹੋਇਆ ਹੈ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਰਾਮਦੇਵ ਇੰਨਾ ਜਲ ਛਿੜਕ ਦਿੱਤਾ, ਇੰਨਾ ਜਲ ਛਿੜਕ ਦਿੱਤਾ, ਇੰਨਾ ਲੱਗਦਾ ਜਿੱਦਾਂ ਮੀਂਹ ਪਿਆ ਹੋਵੇ। ਕਹਿਣ ਲੱਗੇ ਤੇਰੇ ਮਾਪਿਆਂ ਨੇ ਤੇ ਤੇਰਾ ਨਾਮ ਰੱਖਿਆ ਸੀ ਰਾਮਦੇਵ, ਪਰ ਤੂੰ ਤੇ ਮੀਂਹ ਪਾ ਦਿੱਤਾ, ਮੀਂਹ ਭਰਾ ਦਿੱਤਾ, ਅੱਜ ਤੋਂ ਬਾਅਦ ਤੈਨੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਭਾਈ ਮੀਹਾਂ ਕਰਕੇ ਜਾਣਿਆ ਜਾਏਗਾ, ਤੂੰ ਤੇ ਮੀਂਹ ਪਾਉਣ ਵਾਲਾ। ਤੂੰ ਇੰਨਾ ਪਾਣੀ ਛਿੜਕ ਦਿੱਤਾ, ਇੰਨੀ ਸੰਗਤ ਦੀ ਸੇਵਾ ਕੀਤੀ, ਏਦਾਂ ਲੱਗਦਾ ਜਿੱਦਾਂ ਮੀਂਹ ਪਿਆ ਹੋਵੇ, ਤੂੰ ਤੇ ਮੀਂਹ ਪਾਉਣ ਵਾਲਾ। ਭਾਈ ਰਾਮਦੇਵ ਤੇਰੇ ਮਨ ਦੀ ਭਾਵਨਾ ਨੂੰ ਮੈਂ ਸਮਝਦਾ ਹਾਂ, ਤੇਰੇ ਮਨ ਦੀ ਭਾਵਨਾ ਧਿਆਨ ਦੇਣਾ। ਆਪਾਂ ਹੁਣੀ ਸ਼ਬਦ ਪੜ੍ਹ ਕੇ ਹਟੇ ਹਾਂ, ਦਰਸ਼ਨ ਦੇ ਜੀਵਾਂ ਗੁਰੂ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਸ ਤੋਂ ਅਗਲਾ ਸਟੈਪ ਕੀ ਹੈ? ਫਿਰ ਖੜੇ ਹੋ ਜਾਣਾ ਗੁਰੂ ਦੇ ਚਰਨਾਂ ਦੇ ਵਿੱਚ ਜਦੋਂ ਮੌਕਾ ਮਿਲਦਾ, ਬੜੇ ਜਨਮਾਂ ਤੋਂ ਬਾਅਦ ਇਹ ਮੌਕਾ ਮਿਲਦਾ ਜਦੋਂ ਗੁਰੂ ਦੀਆਂ ਨਜ਼ਰਾਂ ਸਿੱਖ ਨਾਲ ਮਿਲਦੀਆਂ। ਸਿੱਖ ਗੁਰਦੁਆਰੇ ਦੀ ਡਿਉੜੀ ਦੇ ਵਿੱਚੋਂ ਤੋਂ ਸਾਰੀ ਜ਼ਿੰਦਗੀ ਲੰਘ ਲੰਘ ਕੇ ਅੰਦਰ ਜਾਂਦਾ ਹੈ, ਪਰ ਧੰਨ ਹੋ ਜਾਂਦਾ ਸਿੱਖ ਦਾ ਜੀਵਨ ਉਸ ਦਿਨ ਜਦੋਂ ਗੁਰੂ ਦਾ ਸਿੱਖ ਗੁਰੂ ਦੀਆਂ ਨਜ਼ਰਾਂ ਦੇ ਥੱਲਿਓਂ ਲੰਘ ਜਾਂਦਾ। ਬਸ ਗੁਰੂ ਦੀਆਂ ਨਜ਼ਰਾਂ ਥੱਲੋਂ ਜਿਹੜਾ ਇੱਕ ਵਾਰੀ ਲੰਘ ਗਿਆ, ਮੁੜ ਕੇ ਉਹਨੂੰ
ਹੋਰਨਾਂ ਜਨਮਾਂ ਦੇ ਵਿੱਚ ਨਹੀਂ ਜਾਣਾ ਪੈਂਦਾ। ਉਹਦਾ ਆਉਣ ਜਾਣ ਦਾ ਚੱਕਰ ਸਵਾਬ ਹੋ ਜਾਂਦਾ ਹੈ, ਉਹਨੂੰ ਜੀਵਨ ਦੀ ਮੰਜ਼ਿਲ ਪ੍ਰਾਪਤ ਹੋ ਜਾਂਦੀ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਲੀਲ ਵਿੱਚ ਖੜਾ ਹੋ ਕੇ ਜਿਹੜਾ ਸਿੱਖ ਆਪਣੇ ਪਿਆਰੇ ਪ੍ਰੀਤਮ ਦੇ ਚਰਨਾਂ ਦੇ ਵਿੱਚੋਂ ਕੋਈ ਦਾਤ ਮੰਗਦਾ, ਉਹਦੇ 'ਤੇ ਇਹ ਬਖਸ਼ਿਸ਼ਾਂ ਹੁੰਦੀਆਂ। ਕਿਹੜੀਆਂ ਬਖਸ਼ਿਸ਼ਾਂ? ਆਪਾਂ ਬੜੇ ਪਿਆਰ ਦੇ ਨਾਲ ਪੜ੍ਹ ਰਹੇ ਸੀ, ਦਰਸ਼ਨ ਦੇਖ ਜੀਵਾਂ ਗੁਰਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਅਗਲੀ ਮਸਲਾ ਕਿਹੜੀ ਹੈ? ਸਾਰੇ ਜੀਵੇ ਪਿਆਰ ਦੇ ਨਾਲ ਸੁਣ ਪ੍ਰਭੂ ਮੇਰੇ, ਇਹ ਬੇਨਤੀ ਸੁਣ ਪ੍ਰਭੂ ਮੇਰੇ। ਗੁਰਸਿੱਖਾਂ ਨੇ ਕੀ ਦੇਖਿਆ ਕਿ ਭਾਈ ਮੀਹਾਂ ਜੀ ਦੇ
ਤਾਲੋਏ ਦੇ ਵਿੱਚ ਉਹਨਾਂ ਦੇ ਸਿਰ ਦੇ ਵਿਚਕਾਰ ਜ਼ਖਮ ਹੋ ਚੁੱਕੇ ਆ, ਗਾਗਰ ਚੁੱਕ ਚੁੱਕੇ, ਖੂਨ ਸਿੰਮਦਾ। ਇਹ ਗੱਲ ਗੁਰਸਿੱਖਾਂ ਦੇ ਰਾਹੀਂ ਉੱਡਦੀ ਉੱਡਦੀ ਧੰਨ ਮਾਤਾ ਨਾਨਕ ਜੀ ਦੇ ਕੋਲ ਪਹੁੰਚੀ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸਤਿਕਾਰਯੋਗ ਮਾਂ ਮਾਤਾ ਨਾਨਕ ਜੀ, ਉਹਨਾਂ ਦੇ ਕੋਲ ਜਦੋਂ ਗੱਲ ਪਹੁੰਚੀ, ਧੰਨ ਮਾਤਾ ਨਾਨਕ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੂੰ ਆਖਿਆ, ਸੱਚੇ ਪਾਤਸ਼ਾਹ ਲਾਲ ਜੀ, ਤੁਹਾਡੇ ਦਰ ਤੇ ਜਿਹੜੇ ਗੁਰਸਿੱਖ ਸੇਵਾ ਕਰਦੇ ਨੇ ਉਹਨਾਂ ਦਾ ਧਿਆਨ ਰੱਖਿਆ ਕਰੋ। ਅੱਜ ਮੈਨੂੰ ਪਤਾ ਲੱਗਿਆ ਭਾਈ ਮੀਹੇ ਦੇ ਸਿਰ ਦੇ ਵਿੱਚ ਜ਼ਖਮ ਹੋ ਗਏ ਨੇ, ਖੂਨ ਵਗ ਰਿਹਾ ਹੈ, ਗਾਗਰ ਢੁੱਕ ਢੁੱਕ ਕੇ ਸੇਵਾ ਕਰ ਕਰਕੇ ਇਹ ਦਸ਼ਾ ਹੋ ਗਈ ਉਹਦੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਬੁਲਾਇਆ ਸੰਗਤ ਬੈਠੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਮੀਹਾ ਸਿਰ ਵਿੱਚ ਜ਼ਖਮ ਹੋ ਗਏ, ਖੂਨ ਵਗਣ ਲੱਗ ਪਿਆ, ਤੂੰ ਸਾਨੂੰ ਦੱਸਿਆ ਕਿਉਂ ਨਹੀਂ? ਭਾਈ ਮੀਹੇ ਨੇ ਜਵਾਬ ਦਿੱਤਾ, ਸੱਚੇ ਪਾਤਸ਼ਾਹ ਤੇਰੇ ਪ੍ਰੇਮ ਦੇ ਵਿੱਚ ਦੁੱਖ ਨਜ਼ਰ ਹੀ ਨਹੀਂ ਆਇਆ, ਦਰਦ ਮਹਿਸੂਸ ਹੀ ਨਹੀਂ ਹੋਇਆ। ਧਿਆਨ ਦੇਣਾ ਕੁਝ ਤੋਂ ਸਰੀਰਾਂ ਤੋਂ ਸੁਰਤ ਜਦੋਂ ਉੱਪਰ ਉੱਠ ਜਾਂਦੀ ਆ, ਪ੍ਰੇਮ ਦੇ ਵਿੱਚ ਚਲੀ ਜਾਂਦੀ। ਅੱਜ ਵੀ ਡਾਕਟਰ ਓਪਰੇਸ਼ਨ ਕਰਦੇ ਆ ਨਾ, ਬੇਹੋਸ਼ ਕਰ ਦਿੰਦੇ ਆ ਬੰਦੇ ਨੂੰ, ਅੰਗ ਭਾਵੇਂ ਕੱਟ ਕੇ ਰੱਖ ਦੇਣ, ਆਪਾਂ ਨੂੰ ਪਤਾ ਵੀ ਨਹੀਂ ਲੱਗਦਾ। ਇਸੇ ਤਰ੍ਹਾਂ ਗੁਰੂ ਗੋਬਿੰਦ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਕਿਸੇ ਨੂੰ ਆਤਮਕ ਜੀਵਨ ਬਖਸ਼ਿਸ਼ ਕਰ ਦਿੰਦੇ ਨੇ, ਉਹਨਾਂ ਦੇ ਸਰੀਰਾਂ ਦੇ ਉੱਤੇ ਭਾਵੇਂ ਜਿੰਨੇ ਮਰਜ਼ੀ ਦੁੱਖ ਆ ਜਾਣ, ਦੁੱਖ ਆਉਂਦੇ ਜ਼ਰੂਰ ਨੇ, ਪਰ ਉਹਨਾਂ ਨੂੰ ਦੁੱਖ ਪਾਉਂਦੇ ਨਹੀਂ, ਦੁੱਖ ਸਤਾਉਂਦੇ ਨਹੀਂ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਦੁੱਖ ਤੇ ਰੱਬ ਦੇ ਪਿਆਰਿਆਂ ਨੂੰ ਆਪ ਨਾਲੋਂ ਜ਼ਿਆਦਾ ਹੁੰਦੇ ਆ, ਇਹ ਨਹੀਂ ਕਿ ਉਹਨਾਂ ਦੇ ਜੀਵਨ ਵਿੱਚ ਦੁੱਖ ਨਹੀਂ ਆਉਂਦਾ, ਪਰ ਉਹਨਾਂ ਦੇ ਜੀਵਨ ਵਿੱਚ ਦੁੱਖ ਦਾ ਆਉਣਾ, ਦੁੱਖ ਦਾ ਸਤਾਉਣਾ ਬਣ ਕੇ ਨਹੀਂ ਆਉਂਦਾ। ਉਹਨਾਂ ਦੇ ਜੀਵਨ ਵਿੱਚ ਦੁੱਖ ਦਾ ਆਉਣਾ ਉਹਨਾਂ ਦੀ ਅੱਖਾਂ ਦਾ ਰੋਣਾ ਬਣ ਕੇ ਨਹੀਂ ਆਉਂਦਾ, ਉਹਨਾਂ ਦੇ ਜੀਵਨ ਵਿੱਚ ਦੁੱਖ ਦਾ ਆਉਣਾ ਬਲ ਕੇ ਪਰਮਾਤਮਾ ਦੇ ਪ੍ਰੇਮ ਵਿੱਚ ਗਾਉਣਾ ਬਣ ਕੇ ਆਉਂਦਾ ਹੈ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਸੇ ਵਸਤਾ ਦਾ ਜ਼ਿਕਰ ਕੀਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਸੁਖ ਸੁਨੇਹ ਅਰ ਭੈ ਨਹੀਂ ਜਾਕੇ ਕੰਚਨ ਬਾਟੀ ਮੰਨਦਾ। ਇਹ ਵਸਤਾ ਕਿਵੇਂ ਬਣ ਗਈ? ਆਪਾਂ ਤੇ ਹਰ ਰੋਜ਼ ਪੜ੍ਹਦੇ ਹਾਂ, ਪਰ ਗੁਰੂ ਕਿਰਪਾ ਕਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਧਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ, ਇੰਨਾ ਵੱਡਾ ਜ਼ਖਮ ਹੋ ਗਿਆ, ਖੂਨ ਵਗਦਾ ਸਿਰ ਦੇ ਵਿੱਚੋਂ, ਤੂੰ ਸਾਨੂੰ ਦੱਸਿਆ ਕਿਉਂ ਨਹੀਂ? ਭਾਈ ਮੀਹਾ ਜੀ ਕਹਿੰਦੇ, ਸੱਚੇ ਪਾਤਸ਼ਾਹ ਤੇਰੇ ਪ੍ਰੇਮ ਦੇ ਵਿੱਚ ਕਦੇ ਮਹਿਸੂਸ ਹੀ ਨਹੀਂ ਹੋਇਆ, ਕਦੇ ਪੀੜ ਦਾ ਪਤਾ ਹੀ ਨਹੀਂ ਲੱਗਿਆ ਕਿ ਦਰਦ ਹੋ ਜਾਏਗੀ। ਬਸ ਜਦੋਂ ਇੰਨਾ ਵਚਨ ਕੀਤਾ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਮੀਹਾ ਜੀ, ਅੱਜ ਤੋਂ ਤੁਹਾਡੀ ਗਾਗਰ ਵਾਲੀ ਸੇਵਾ ਸਮਾਪਤ ਹੋ ਗਈ, ਹੁਣ ਤੁਹਾਨੂੰ ਪਾਣੀ ਛਿੜਕ ਕੇ ਧਰਤੀ ਨੂੰ ਖਾਰਕ ਦੀ ਲੋੜ ਨਹੀਂ, ਹੁਣ ਪਾਣੀ ਦੀ ਗਾਗਰ ਦੀ ਥਾਂ ਤੇ ਤੁਹਾਡੇ ਹਿਰਦੇ ਵਿੱਚ ਗੁਰੂ ਨਾਨਕ ਦੀ ਬਾਣੀ ਦੀ ਗਾਗਰ ਭਰ ਗਈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇੱਕ ਨਗਾਰਾ ਦਿੱਤਾ, ਇੱਕ ਬੈਲ ਗੱਡੀ ਦਿੱਤੀ ਗੱਡਾ, ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇੱਕ ਝੰਡਾ ਦਿੱਤਾ ਭਾਈ ਮੀਹਾ ਜੀ ਨੂੰ, ਥਾਪੜਾ ਦੇ ਕੇ ਕਹਿਣ ਲੱਗੇ, ਭਾਈ ਮੀਹਾ ਜੀ, ਅੱਗੇ ਤੇ ਪਾਣੀ ਦੀ ਗਾਗਰ ਭਰ ਕੇ ਜਿੱਥੇ ਜੋਲਦੇ ਸੀ ਧਰਤੀ ਦਾ ਸੀਨਾ ਠਰ ਜਾਂਦਾ ਸੀ, ਅੱਜ ਤੋਂ ਬਾਅਦ ਜਿੱਥੇ ਜਾ ਕੇ ਗੁਰੂ ਨਾਨਕ ਦੀ ਬਾਣੀ ਗਾਓਗੇ, ਉੱਥੇ ਤਪਦੇ ਹੋਏ ਹਿਰਦੇ ਸ਼ਾਂਤ ਹੋ ਜਾਣ। ਜਾਓ ਤੁਸੀਂ ਹੁਣ ਸੰਸਾਰ ਦੇ ਵਿੱਚ ਵਿਚਰ ਕੇ ਸਿੱਖੀ ਦਾ ਬਾਣੀ ਦਾ ਨਾਮ ਦਾ ਪ੍ਰਚਾਰ ਕਰੋ, ਸੱਚ ਦਾ ਸੁਨੇਹਾ ਦੇਵੋ ਸੁੱਤੀ ਹੋਈ ਲੁਕਾਈ ਨੂੰ, ਜਿਹਨੂੰ ਸਤਿਗੁਰ ਥਾਪੜਾ ਦੇ ਕੇ ਤੋੜ ਦਿੰਦਾ ਨਾ ਗੁਰੂ, ਉਹਦੀ ਸੋਭਾ ਨੂੰ ਕੋਈ ਮਿਟਾ ਨਹੀਂ ਸਕਦਾ।
ਉਹਦੀ ਸੋਭਾ ਜੁਗ ਜੁਗ ਹੋ ਜਾਂਦੀ। ਸਤਿਗੁਰ ਉਹਦੇ ਆਪ ਅੰਦਰ ਵਰਤਦਾ ਹੈ। ਭਾਈ ਕਿਹਾ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਥਾਪੜਾ ਲੈ ਕੇ ਲਾਹੌਰ ਅਤੇ ਲਖਨੌਰ ਦੇ ਇਲਾਕੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ। ਬੜੀਆਂ ਸੰਗਤਾਂ ਜੁੜਦੀਆਂ ਨੇ, ਜਿਹੜੇ ਜਿਹੜੇ ਵੀ ਕੋਲ ਬੈਠਦੇ ਨੇ, ਗੁਰੂ ਦੇ ਬਚਨ ਸੁਣਦੇ ਨੇ, ਉਹਨਾਂ ਦਾ ਮਨ ਨਿਹਾਲ ਹੋ ਜਾਂਦਾ ਹੈ। ਕਿਉਂਕਿ ਵਸਤਾ ਇਹ ਬਣ ਗਈ, ਜਿਸ ਕਾ ਅੰਦਰ ਵਸਿਆ ਨਿਰੰਕਾਰ, ਜਿਸ ਕੀ ਸੀਖ ਤਰੈ ਸੰਸਾਰ, ਜਿਨ੍ਹਾਂ ਦੇ ਹਿਰਦੇ ਵਿੱਚ ਉਹ ਨਿਰੰਕਾਰ ਪਰਮਾਤਮਾ ਦੀ ਆਪ ਵਸ ਗਈ, ਉਹਦੀ ਸਿੱਖਿਆ ਸੁਣ ਕੇ ਸੰਸਾਰ ਦਾ ਭਲਾ ਹੋਣ ਲੱਗ ਗਿਆ। ਦਬਦੇ ਹੋਏ ਹਿਰਦੇ ਸ਼ਾਂਤ ਹੋਣ ਲੱਗ ਗਏ, ਮਨ ਜੁੜਨ ਲੱਗ ਗਏ, ਇਹ ਡਿਊਟੀ ਨਿਭਾਉਣ ਲੱਗ ਪਏ। ਭਾਈ ਮੀਹਾ ਜੀ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਨੂੰ ਦਾਤਾ ਮੁਕਤ ਕੋ ਸੰਤ ਜਪਾਵੈ। ਇਹ ਵਸਥਾ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰ। ਸਮਾਂ ਬੀਤਦਾ ਗਿਆ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਹੋ ਗਈ। ਅੱਜ ਵੇਲਾ ਆ ਗਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾਜਾਂ ਵਾਲੇ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤਖ਼ਤ ਤੇ ਬਿਰਾਜਮਾਨ ਨੇ। ਭਾਈ ਮੀਹੇ ਦੇ ਮਨ ਵਿੱਚ ਦਸ਼ਮੇਸ਼ ਜੀ ਦੇ ਦਰਸ਼ਨਾਂ ਦੀ ਤੜਪ ਉੱਠੀ। ਧਿਆਨ ਦੇਣਾ, ਗੁਰੂ ਕੀ ਸੰਗਤ, ਨਦੀ ਦਾ ਪਾਣੀ ਬੜਾ ਨਿਰਮਲ ਹੈ, ਨਦੀ ਬੰਦਿਆਂ ਦੀ ਪਿਆਸ ਬੁਝਾ ਦਿੰਦੀ ਹੈ, ਨਦੀ ਦਾ ਪਾਣੀ ਲੋਕਾਂ ਦੇ ਕੱਪੜੇ ਧੋ ਦਿੰਦਾ ਹੈ, ਨਦੀ ਦਾ ਪਾਣੀ ਸੁੱਕੀਆਂ ਹੋਈਆਂ ਫਸਲਾਂ ਨੂੰ ਹਰਿਆ ਕਰ ਸਕਦਾ ਹੈ। ਪਰ ਜਿਹੜੀਆਂ ਨਦੀਆਂ ਆਪਣੇ ਸੋਮੇ ਨਾਲੋਂ ਟੁੱਟ ਜਾਂਦੀਆਂ ਨੇ, ਉਹਨਾਂ ਦਾ ਪਾਣੀ ਵੀ ਗੰਦਾ ਹੋ ਜਾਂਦਾ ਹੈ, ਉਹਨਾਂ ਦੇ ਵਿੱਚ ਕੀੜੇ ਵੀ ਪੈ ਜਾਂਦੇ ਨੇ, ਉਹਨਾਂ ਵਿੱਚੋਂ ਬਦਬੂ ਵੀ ਆਉਣ ਲੱਗ ਜਾਂਦੀ ਹੈ, ਉਹਨਾਂ ਦਾ ਪਾਣੀ ਕੋਈ ਪੀਣਾ ਵੀ ਪਸੰਦ ਨਹੀਂ ਕਰਦਾ, ਕੋਈ ਕੱਪੜੇ ਧੋਣਾ ਪਸੰਦ ਵੀ ਨਹੀਂ ਕਰਦਾ, ਅਤੇ ਥੋੜ੍ਹਾ ਥੋੜ੍ਹਾ ਕਰਕੇ ਉਹਨਾਂ ਦਾ ਪਾਣੀ ਇੱਕ ਦਿਨ ਸੁੱਕ ਵੀ ਜਾਂਦਾ ਹੈ। ਗੁਰਸਿੱਖ ਨਦੀ ਦੀ ਤਰ੍ਹਾਂ ਵਗਦਾ ਰਹੇ, ਜਿੱਧਰ ਜਾਏ ਗੁਰੂ ਦੀ ਗੱਲ ਕਰਦਾ ਰਹੇ, ਗੁਰੂ ਦੇ ਸਿੱਖ ਦੀ ਸੰਗਤ ਦੇ ਵਿੱਚ ਇੰਨੀਆਂ ਬਰਕਤਾਂ ਹੋਣ ਕਿ ਉਹ ਮਨਾਂ ਦੀ ਮੈਲ ਵੀ ਉਤਾਰਦਾ ਰਹੇ, ਦਬਦੇ ਹਿਰਦਿਆਂ ਨੂੰ ਸ਼ਾਂਤ ਵੀ ਕਰਦਾ ਰਹੇ। ਪਰ ਇਸ ਗੱਲ ਦਾ ਖਿਆਲ ਰੱਖੇ ਕਿ ਮੈਂ ਆਪਣੇ ਕੀਰਤਨ ਨਾਲੋਂ ਟੁੱਟ ਨਾ ਜਾਵਾਂ। ਸਾਰੀ ਸੰਗਤ ਬੋਲੋ ਸਤਨਾਮ। ਜਿਹੜੇ ਜਿਹੜੇ ਆਪਣੇ ਕੀਰਤਨ ਨਾਲੋਂ ਟੁੱਟ ਗਏ, ਉਹਨਾਂ ਦੀ ਜ਼ਬਾਨ ਦੇ ਉੱਤੇ ਮੁਸੀਬਤ ਦੀ ਥਾਂ ਤੇ ਨਿੰਦਿਆ ਆ ਗਈ। ਜਿਹੜੇ ਜਿਹੜੇ ਆਪਣੇ ਕੀਰਤਨ ਨਾਲੋਂ ਆਪਣੇ ਧੁਰੇ ਨਾਲੋਂ ਟੁੱਟ ਗਏ, ਉਹਨਾਂ ਦੀ ਜ਼ਬਾਨ ਦੇ ਵਿੱਚ ਰਸ ਦੀ ਥਾਂ ਤੇ ਬੇਰਸੀ ਆ ਗਈ, ਦਵੈਸ਼ ਆ ਗਈ, ਈਰਖਾ ਆ ਗਈ। ਇਸ ਕਰਕੇ ਗੁਰੂ ਦੇ ਸਿੱਖਾ, ਯਤਨ ਕਰੀ, ਕੋਸ਼ਿਸ਼ ਕਰੀ, ਭਾਵੇਂ ਜੋ ਕੁਝ ਤੈਨੂੰ ਜੀਵਨ ਦੇ ਵਿੱਚ ਪ੍ਰਾਪਤ ਹੋ ਜਾਏ, ਮਰਤਬੇ ਮਿਲ ਜਾਣ, ਵਡਿਆਈ ਮਿਲ ਜਾਏ, ਆਪਣੇ ਧੁਰੇ ਨਾਲੋਂ ਆਪਣੇ ਕੀਰਤਨ ਨਾਲੋਂ ਕਦੇ ਟੁੱਟੀ ਨਾ। ਤੇਰੇ ਜੀਵਨ ਵਿੱਚ ਪਵਿੱਤਰਤਾ ਓਨੀ ਦੇਰ ਕਾਇਮ ਰਹਿ ਸਕਦੀ ਹੈ ਜਿੰਨੀ ਦੇਰ ਤੱਕ ਤੂੰ ਆਪਣੇ ਧੁਰੇ ਨਾਲ ਜੁੜਿਆ ਰਿਹਾ, ਤੇਰੀ ਇਹ ਅਵਸਥਾ ਬਣੀ ਰਹੀ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦੀਓ ਮੈਂ ਸਾਰਾ, ਜਬ ਇਹ ਗਹਿ ਗੁਰਨ ਕੀ ਰੀਤ, ਤਬ ਮੈਂ ਨਾ ਕਰੋਂ ਇਨ ਕੀ ਵਰਤੀ। ਫਿਰ ਗੁਰੂ ਨੇ ਸਾਥ ਛੱਡ ਦੇਣਾ, ਗੁਰੂ ਨੇ ਸਾਥ ਛੱਡ ਦੇਣਾ। ਭਾਈ ਮੀਹੇ ਦੇ ਮਨ ਦੇ ਵਿੱਚ ਦਸ਼ਮੇਸ਼ ਜੀ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੈ, ਭਾਵੇਂ ਸੰਗਤ ਦੇ ਮਨਾਂ ਵਿੱਚ ਬੜੀ ਵੱਡੀ ਥਾਂ ਹੈ ਭਾਈ ਮੀਹੇ ਦੀ। ਸਤਿਗੁਰਾਂ ਨੇ ਆਪ ਪ੍ਰਚਾਰਕ ਥਾਪਿਆ ਸੀ, ਬੜਾ ਵੱਡਾ ਸਤਿਕਾਰ ਹੈ ਸੰਗਤ ਦੇ ਮਨਾਂ ਦੇ ਵਿੱਚ। ਪਰ ਅੱਜ ਆਪਣੇ ਹਿਰਦੇ ਦੇ ਭਾਂਡੇ ਨੂੰ ਹੋਰ ਭਰਨ ਵਾਸਤੇ ਅਨੰਦਪੁਰ ਸਾਹਿਬ ਉਚਾਲੇ ਭਾ ਦੇ। ਜਦੋਂ ਪਹੁੰਚੇ ਅਨੰਦਪੁਰ ਸਾਹਿਬ ਦੀ ਧਰਤੀ ਤੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵੱਲੋਂ ਜਿਹੜਾ ਨਗਾਰਾ ਮਿਲਿਆ ਸੀ, ਉਹ ਨਗਾਰਾ ਵਜਾਉਂਦੇ ਹੋਏ ਜਾਂਦੇ ਆ, ਬੜੀ ਆਵਾਜ਼ ਗੁੰਜ ਰਹੀ ਹੈ ਪਹਾੜੀਆਂ ਦੇ ਵਿੱਚ, ਨਗਾਰਾ ਵੱਜ ਰਿਹਾ ਹੈ।
ਬੈਲ ਗੱਡੀ ਦੇ ਉੱਤੇ ਸਵਾਰ ਹੋਏ ਭਾਈ ਮੀਹਾਂ ਦੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ। ਅੱਗੇ ਦਰਬਾਰ ਸਜਿਆ ਹੋਇਆ, ਕੀਰਤਨ ਹੋ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਪੁੱਛਿਆ, ਇਹ ਆਵਾਜ਼ ਨਗਾਰੇ ਦੀ ਕਿੱਧਰੋਂ ਆ ਰਹੀ ਹੈ? ਗੁਰਸਿੱਖਾਂ ਨੇ ਦੱਸਿਆ, ਸੱਚੇ ਪਾਤਸ਼ਾਹ ਭਾਈ ਮੀਹਾਂ ਜੀ ਦਰਸ਼ਨ ਕਰਨ ਵਾਸਤੇ ਆ ਰਹੇ ਨੇ। ਆਪ ਜੀ ਦੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਪ੍ਰਚਾਰਕ ਥਾਪਿਆ ਸੀ, ਨਗਾਰਾ ਦਿੱਤਾ ਸੀ, ਬੈਲ ਗੱਡੀ ਦਿੱਤੀ ਸੀ, ਇੱਕ ਝੰਡਾ ਦਿੱਤਾ ਸੀ, ਉਹ ਨਗਾਰਾ ਵਜਾਉਂਦੇ ਹੋਏ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ, ਦੀਵਾਨ ਸਜਿਆ ਹੋਇਆ, ਸੰਗਤ ਕੀਰਤਨ ਸੁਣ ਰਹੀ ਹੈ, ਮਨ ਜੁੜੇ ਹੋਏ ਨੇ ਤੇ ਇਹ ਨਗਾਰਾ ਵਜਾਉਂਦਾ ਹੁੰਦਾ। ਗੁਰਸਿੱਖਾਂ ਨੂੰ ਆਗਿਆ ਕੀਤੀ, ਕਹਿੰਦੇ ਜਾਓ ਝੰਡਾ ਵੀ ਖੋਲੋ, ਬੈਲ ਗੱਡੀ ਵੀ ਖੋਲੋ ਤੇ ਨਗਾਰਾ ਵੀ ਖੋਲੋ ਜਾ ਕੇ ਉਹਦੇ ਕੋਲੋਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਗੁਰਸਿੱਖ ਗਏ। ਭਾਈ ਮੀਹਾਂ ਜੀ ਦਾ ਗੱਡਾ ਵੀ ਖੋਲਿਆ, ਝੰਡਾ ਵੀ ਲੈ ਲਿਆ, ਨਗਾਰਾ ਵੀ ਖੋਲਿਆ ਤੇ ਸਾਡੇ ਵਰਗਾ ਹੁੰਦਾ ਤੇ ਰੁੱਸ ਕੇ ਉੱਥੇ ਮੁੜ ਜਾਂਦਾ, ਉੱਥੇ ਮੁੜ ਜਾਂਦਾ ਕਿ ਚਾਬੀਆਂ ਲੈ ਲਈਆਂ ਮੇਰੇ ਤੋਂ, ਮੈਂ ਹੁਣ ਕੀ ਕਰਨਾ ਇੱਥੇ। ਮੋਹ ਨਹੀਂ ਮੋੜਿਆ ਰੱਤੇ ਸਹੀ ਦੇ ਪੁੱਤ ਨਾ ਮੁੜਨ, ਜਿੰਨੀ ਸਮਝਾਤਾ ਸਾਈ, ਝੜ ਝੜ ਪਵਨ ਦੇ ਕੱਚੇ ਬਿਰਹੀ, ਜਿੰਨਾ ਕਾਰ ਨਾ ਆਈ। ਧਣੀ ਵੀ ਹੋਣਾ ਪਾਰ ਪਟੰਬਰ, ਭਾਗੀ ਸੇਤੀ ਜਾਂਦੇ ਧੂੜੀ ਵਿੱਚ ਲੁੜੰਦੜੀ, ਸੋ ਹਾਂ ਨਾਨਕ ਤੈ ਸਹਿ ਨਾਲੇ ਲੈਣ ਵਿੱਚ ਲੱਗ ਕੇ ਦਰਸ਼ਨ ਕੀਤੇ, ਮੱਥਾ ਟੇਕਿਆ ਤੇ ਪਿੱਛੇ ਜਾ ਕੇ ਸੰਗਤ ਵਿੱਚ ਚੌਂਕੜਾ ਮਾਰ ਕੇ ਭਾਈ ਮੀਹਾਂ ਜੀ ਬੈਠ ਗਏ। ਜਦੋਂ ਦਬਾਬ ਦੀ ਸਮਾਪਤੀ ਹੋਈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਦੇ ਕੇ ਆਖਿਆ, ਕਿਹੜਾ ਸਿੱਖ ਹੈ ਜਿਹੜਾ ਨਗਾਰਾ ਵਜਾਉਂਦਾ ਹੁੰਦਾ ਸੀ? ਭਾਈ ਮੀਹਾਂ ਜੀ ਚੌਂਕੜਾ ਲਾ ਕੇ ਬੈਠੇ, ਨੇਤਰ ਬੰਦ ਨੇ, ਨਾਲ ਬੈਠੇ ਗੁਰਸਿੱਖ ਨੇ ਝੂਨਾ ਦੇ ਕੇ ਆਖਿਆ, ਤੈਨੂੰ ਯਾਦ ਕਰਦੇ ਮਹਾਰਾਜ, ਤੇਰਾ ਨਾਮ ਲੈ ਕੇ ਬੁਲਾ ਰਹੇ। ਭਾਈ ਮੀਹਾਂ ਜੀ ਉੱਠੇ, ਹੱਥ ਜੋੜੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾ ਕੇ ਖੜੇ ਹੋ ਗਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਮੀਹਾਂ ਕਿੱਥੇ ਗਿਆ ਤੇਰਾ ਝੰਡਾ, ਕਿੱਥੇ ਗਈ ਤੇਰੀ ਬੈਲ ਗੱਡੀ, ਕਿੱਥੇ ਗਿਆ ਤੇਰਾ ਨਗਾਰਾ, ਬੜੀ ਉੱਚੀ ਉੱਚੀ ਵਜਾਉਂਦਾ ਹੁੰਦਾ ਸੀ। ਹੁਣ ਦੇਖੋ ਸਿੱਖ ਦੇ ਮਨ ਦੀ ਭਾਵਨਾ। ਭਾਈ ਮੀਹਾਂ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਕਿਹੜਾ ਝੰਡਾ, ਕਿਹੜੀ ਬੈਲ ਗੱਡੀ ਤੇ ਕਿਹੜੇ ਨਗਾਰੇ ਦੀ ਗੱਲ ਕਰਦੇ ਹੋ? ਨਵੇਂ ਜਾਮੇ ਵਿੱਚ ਆਪ ਜੀ ਨੇ ਦਿੱਤਾ ਸੀ ਤੇ ਅੱਜ ਆਪ ਜੀ ਨੇ ਵਾਪਸ ਲੈ ਲਿਆ, ਮੇਰਾ ਤੇ ਹੈ ਹੀ ਕੁਝ ਨਹੀਂ, ਮੇਰਾ ਕੀ ਹੈ? ਨਾ ਮੇਰਾ ਝੰਡਾ ਸੀ, ਨਾ ਮੇਰਾ ਨਗਾਰਾ ਸੀ। ਸੱਚੇ ਪਾਤਸ਼ਾਹ ਮੇਰਾ ਤੇ ਮੇਰਾ ਸਰੀਰ ਵੀ ਹੈ ਨਹੀਂ, ਮੇਰੀ ਜਿੰਦ ਵੀ ਹੈ ਨਹੀਂ, ਮੈਂ ਤੇ ਕੁਝ ਹਾਂ ਹੀ ਨਹੀਂ। ਤੂੰ ਆਪੇ ਸਭ ਕੁਝ ਦੇਣ ਵਾਲਾ ਤੇ ਆਪੇ ਲੈਣ ਵਾਲਾ, ਮੇਰੀ ਗੱਲ ਵਿੱਚ ਕਿੱਥੋਂ ਆਵੇ? ਭਗਤ ਨਾਮਦੇਵ ਜੀ ਦੇ ਸ਼ਬਦ ਦੀਆਂ ਪਲਕੀਆਂ ਸਾਹਮਣੇ ਆ ਰਹੀਆਂ। ਗੁਰੂ ਦੇਖਿਓ, ਧਿਆਨ ਦੇ ਕੇ ਰੋਜ਼ ਅਖਬਾਰਾਂ ਪੜ੍ਹਦੇ ਆ, ਕਿਸੇ ਨੂੰ ਅੱਜ ਕੁਰਸੀ ਤੋਂ ਲਾਹ ਦਿੱਤਾ ਜਾਏ ਨਾ, ਰਾਜਨੀਤੀ ਦੀ ਗੱਲ ਛੱਡੋ, ਧਾਰਮਿਕ ਅਹੁਦਿਆਂ ਦੀ ਗੱਲ ਆਪਾਂ ਕਰੀਏ। ਉਹ ਕੇਸ ਕਰਦਾ, ਉਹ ਅਦਾਲਤ ਵਿੱਚ ਜਾਂਦਾ ਕਿ ਮੈਨੂੰ ਕਿਉਂ ਲਾਇਆ ਗਿਆ, ਮੇਰੇ ਤੇ ਝੂਠੇ ਇਲਜ਼ਾਮ ਲਾਏ ਗਏ, ਤੇ ਮੱਥਾ ਆਪਾਂ ਉਸ ਗੁਰੂ ਨੂੰ ਟੇਕਦੇ ਹਾਂ ਜਿਹਦੇ ਵਿੱਚ ਇਹ ਲਿਖਿਆ ਹੋਇਆ, ਜੇ ਰਾਜ ਦੇ ਤਾਂ ਕਮਨ ਵਡਾਈ, ਜੇ ਭੀਖ ਮੰਗਾਵੈ ਤਾਂ ਤਿਆਗ ਘੱਟ ਜਾਈ। ਸੱਚੇ ਪਾਤਸ਼ਾਹ ਦੇ ਤੂੰ ਰਾਜ ਦੇਵੇਂਗਾ ਤੇ ਮੇਰਾ ਕੀ ਵੱਧ ਜਾਣਾ, ਰਾਜ ਤੇ ਤੇਰਾ ਹੀ ਹੋਣਾ। ਜੇ ਤੂੰ ਰਾਜ ਦੇਵੇਂਗਾ ਤੇ ਮੇਰਾ ਕੀ ਵਧਣਾ, ਮੈਂ ਤੇ ਕੋਈ ਹਾਂ ਹੀ ਨਹੀਂ। ਜੇ ਰਾਜ ਦੇਵੇਂਗਾ ਤੇ ਜੋ ਕੁਝ ਵਧੇਗਾ ਤੇਰਾ ਵਧੇਗਾ, ਤੇ ਜੇ ਮੇਰੇ ਤੋਂ ਤੂੰ ਭੀਖ ਮੰਗਾਏਗਾ ਤੇ ਮੇਰਾ ਘਟਣ ਕੀ ਲੱਗਾ, ਮੇਰਾ ਕੀ ਘਟਣ ਲੱਗਾ, ਮੇਰੇ ਅੰਦਰ ਤੇ ਤੂੰ ਹੀ ਵਸਦਾ ਹੈ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਸ ਵਚਨਾਂ ਵਿੱਚ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ। ਆਓ ਪੜ੍ਹੀਏ ਫਿਰ ਸਮਾਪਤੀ ਵਾਲੇ ਪਾਸੇ, ਕੋਈ ਰਸਣਾ ਵਾਧੀ ਨਾ ਰਹੇ। ਅੱਜ ਗੁਰੂ ਪਾਤਸ਼ਾਹ ਜੀ ਨੇ ਕਿਹੜੀ ਕਿਰਪਾ ਕੀਤੀ ਹੈ? ਮੈਂ ਨਾਹੀ ਰੱਬ ਸਭ ਕਿਛੁ ਮੈਂ ਨਾਹੀ।
ਇਹ ਅਵਸਥਾ ਬਣ ਗਈ ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ ਕੀ ਗਿਆ ਨਿਰਗੁਣ ਹੋਊਗਾ ਸਰਗੁਣ ਕੇਲ ਕਰ ਤੁਰਤ ਸਵਾਮੀ ਮੇਰਾ ਨਿਰਗੁਣ ਸਰੂਪ ਤੇ ਸਰਗੁਣ ਸਰੂਪ ਮਾਇਆ ਦੇ ਵਿੱਚ ਵੀ ਤੁਸੀਂ ਵਰਤ ਰਿਹਾ ਤੇ ਮਾਇਆ ਤੋਂ ਨਿਰਲੇਪ ਵੀ ਤੁਸੀਂ ਹੈ ਆਪ ਹੀ ਸਭ ਕੁਛ ਕਰ ਰਿਹਾ ਹੈ ਜਿਵੇਂ ਕੱਲੀ ਧਰ ਪਾਤਸ਼ਾਹ ਜੀ ਕਹਿ ਰਹੇ ਨੇ ਮੈਂ ਕੌਣ ਹਾਂ ਮੈਂ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਇਹ ਪਰਮਾਤਮਾ ਨੇ ਇੱਕ ਤਮਾਸ਼ਾ ਬਣਾਇਆ ਸੰਸਾਰ ਦਾ ਬਾਜੀ ਗਰ ਜੈਸੀ ਬਾਜੀ ਪਾਈ ਨਾਨਾ ਰੂਪ ਭੇਟ ਦਿਖਲਾਈ ਉਹ ਆਪ ਹੀ ਜਗਤ ਨੂੰ ਖਟਾ ਰਿਹਾ ਹੈ ਤੇ ਗੁਰਮੁਖੋ ਜਦੋਂ ਆਪਾਂ ਇਸ ਨਜ਼ਰ ਦੇ ਨਾਲ ਸੰਸਾਰ ਨੂੰ ਦੇਖਣ ਲੱਗ ਜਾਂਗੇ ਫਿਰ ਦੇਖੋ ਕਿ ਸਾਨੂੰ ਕਿਸੇ ਨਾਲ ਨਫ਼ਰਤ ਹੋਏਗੀ ਫਿਰ ਨਾਲੀਆਂ ਵਿੱਚ ਡਿੱਗੇ ਹੋਏ ਸ਼ਰਾਬੀਆਂ ਦਾ ਵੀ ਆਪਾਂ ਮੁੱਖ ਸਮਝ ਸਕਾਂਗੇ ਪਾਪ ਦੇ ਵਿੱਚ ਗਰਕ ਹੋਏ ਲੋਕਾਂ ਦਾ ਵੀ ਆਪਾਂ ਨੂੰ ਪਹੁੰਚ ਸਕਾਂਗੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪਹੁੰਚ ਕੇ ਦਿਖਾਇਆ ਤੁਹਾਡੇ ਰਾਕਸ਼ ਦੇ ਕੋਲ ਜਾ ਕੇ ਤਪ ਦੇ ਕੜਾਹੀਆਂ ਨੂੰ ਠਾਰ ਦਿੱਤਾ ਉਹ ਸਾਡੇ ਨਾਲੋਂ ਤੇ ਉਹ ਸੱਜਣ ਠੱਗ ਚੰਗਾ ਨਿਕਲਿਆ ਗੁਰਮੁਖੋ ਸੱਜਣ ਠੱਗ ਚੰਗਾ ਨਿਕਲਿਆ ਸਾਡੇ ਨਾਲੋਂ ਸਾਨੂੰ ਤੇ ਸਾਰੀ ਜ਼ਿੰਦਗੀ ਲੰਘ ਗਈ ਗੁਰਦੁਆਰੇ ਜਾਂਦਿਆਂ ਨੂੰ ਉਹਨੂੰ ਤੇ ਗੁਰੂ ਨਾਨਕ ਨੇ ਇੱਕ ਸ਼ਬਦ ਸੁਣਾਇਆ ਸੀ ਇੱਕੋ ਸ਼ਬਦ ਸੁਣ ਕੇ ਜਿਹੜਾ ਠੱਗੀਆਂ ਮਾਰਦਾ ਸੀ ਉਹ ਸੰਤ ਬਣ ਗਿਆ ਸਾਰੀ ਜ਼ਿੰਦਗੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਤੋਂ ਤੇ ਅੱਗੇ ਨਿਕਲ ਗਿਆ ਸਾਰੂ ਸੱਜੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਮਹਾਰਾਜ ਜੀ ਕਹਿੰਦੇ ਜਦੋਂ ਆਪਾਂ ਇਸ ਨਿਗਾਹ ਦੇ ਨਾਲ ਦੁਨੀਆਂ ਨੂੰ ਦੇਖਾਂਗੇ ਤੱਕਾਂਗੇ ਸਾਡੇ ਅੰਦਰੋਂ ਨਫ਼ਰਤ ਈਰਖਾ ਸਾੜਾ ਦਵੈਸ਼ ਇਹ ਸਭ ਕੁਝ ਖਤਮ ਹੋ ਜਾਏਗਾ ਕਿ ਸਾਡਾ ਜਿਹੜਾ ਸਵਾਮੀ ਹੈ ਪਰਮਾਤਮਾ ਹੈ ਮਾਲਕ ਹੈ ਉਹ ਆਪ ਹੀ ਦੁਨੀਆਂ ਦੇ ਵਿੱਚ ਆਪਣੀ ਖੇਡ ਰਚਾ ਕੇ ਖੇਡ ਵੀ ਰਿਹਾ ਤੇ ਖੇਡ ਨੂੰ ਦੇਖ ਵੀ ਰਿਹਾ ਸਭ ਕੁਝ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕਹੋ ਵੱਲ ਜਾਈਏ ਫਿਰ ਇਹ ਅਵਸਥਾ ਬਣ ਜਾਏਗੀ ਮਹਾਰਾਜ ਜੀ ਕਹਿੰਦੇ ਨਗਰ ਮੈਂ ਆਪ ਬਾਹਰ ਤੋਂ ਆਪਨ ਪ੍ਰਭ ਮੇਰੇ ਕੋਲ ਸਗਲ ਵਸੇਰਾ ਨਗਰ ਤੋਂ ਭਾਵ ਪਿੰਡ ਸਰੀਰ ਰੂਪੀ ਪਿੰਡ ਦੇ ਵਿੱਚ ਵੀ ਆਪ ਹੀ ਹੈ ਬਾਹਰ ਵੀ ਆਪ ਹੀ ਹੈ ਸਾਰੀਆਂ ਥਾਵਾਂ ਤੇ ਉਹ ਆਪ ਹੀ ਵਸਿਆ ਆਪੇ ਹੀ ਰਾਜਨ ਆਪੇ ਹੀ ਰਾਜਾ ਕਹਿ ਕਹਿ ਠਾਕੁਰ ਕਹਿ ਕਹਿ ਜੇਰਾ ਕਿਤੇ ਉਹ ਰਾਜਾ ਬਣ ਕੇ ਬੈਠਾ ਕਿਤੇ ਪ੍ਰਜਾ ਦੇ ਰੂਪ ਦੇ ਵਿੱਚ ਆਪ ਬੈਠਾ ਹੈ ਕਿਤੇ ਮਾਲਕ ਬਣ ਕੇ ਮੱਥੇ ਟਿਕਾ ਰਿਹਾ ਕਿਤੇ ਚੇਲਾ ਬਣ ਕੇ ਆਪ ਹੀ ਬਾਣੀ ਸੁਣੀ ਜਾਂਦਾ ਹੈ ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਡਾਨੀ ਆਪੇ ਗੁਰੂ ਬਣਿਆ ਬੈਠਾ ਹੈ ਆਪੇ ਚੇਲਾ ਬਣਿਆ ਬੈਠਾ ਹੈ ਜਦੋਂ ਇਹ ਅਵਸਥਾ ਬਣ ਕੇ ਸਾਰੇ ਝਗੜੇ ਖਤਮ ਹੋ ਜਾਣੇ ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਾਸੋ ਦਰਾਓ ਕਾਮ ਕੋ ਬਲਵੰਜਾ ਜੈ ਜੈ ਦੇਖੋ ਕਹਿ ਤੈ ਨੇੜਾ ਮਹਾਰਾਜ ਕਹਿੰਦੇ ਕਿਹਦੇ ਨਾਲ ਧੋਖਾ ਕਰਾਂ ਕਿਹਦੇ ਨਾਲ ਠੱਗੀ ਮਾਰਾਂ ਮੇਰੇ ਮਾਲਕਾ ਕਿਹਦੇ ਤੋਂ ਲੁਕੋ ਲਵਾਂ ਸਭ ਕੁਝ ਮੈਂ ਜਿੱਥੇ ਵੀ ਵੇਖਦਾ ਹਾਂ ਮੈਨੂੰ ਚੰਗੀ ਦਿਸਦਾ ਹੈ ਅਖੀਰ ਵਿੱਚ ਕਹਿੰਦੇ ਨੇ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ ਸਾਧ ਗਿਰਤੀ ਵਾਲਾ ਪੂਰਨ ਸਦਗੁਰ ਜਿਨ੍ਹਾਂ ਨੂੰ ਮਿਲ ਜਾਂਦਾ ਹੈ ਉਹਨਾਂ ਦਾ ਜੀਵਨ ਫਿਰ ਸਦੀਵੀ ਮਿਲਾਪ ਦੇ ਆਨੰਦ ਨੂੰ ਮਾਣਦਾ ਜਿਵੇਂ ਵਿਛੜੀ ਹੋਈ ਬੂੰਦ ਸਾਗਰ ਵਿੱਚ ਮਿਲ ਕੇ ਮੁੜ ਕੇ ਜੁਦਾ ਨਹੀਂ ਹੁੰਦੀ ਇਸੇ ਤਰ੍ਹਾਂ ਗੁਰੂ ਨੂੰ ਮਿਲ ਕੇ ਜਿਹੜੇ ਗੁਰਸਿੱਖ ਨੇ ਆਪਾ ਭਾਵ ਆਪਣੀ ਹੋਂਦ ਨੂੰ ਗਵਾ ਦਿੱਤਾ ਉਹ ਪਰਮਾਤਮਾ ਰੂਪੀ ਸਾਗਰ ਦੇ ਵਿੱਚ ਜਾ ਕੇ ਸਦਾ ਵਾਸਤੇ ਉਹਦਾ ਰੂਪ ਬਣ ਗਿਆ ਮੁੜ ਕੇ ਆਉਣ ਜਾਣ ਦਾ ਚੱਕਰ ਸਮਾਪਤ ਹੋ ਗਿਆ ਗੁਰ ਕਿਰਪਾ ਜੇ ਨਰਕ ਕੀਨੀ ਤੈ ਇਹ ਜਗਤ ਨਿਸ਼ਾਨੀ ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉਂ ਬਾਣੀ ਸੰਗ ਬਾਣੀ ਤੇ ਉਹਦੀ ਅਵਸਥਾ ਬਣ ਗਈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਵਿਆਹ ਪ੍ਰਕਾਰ ਦੀਆਂ ਬਲਦੀਆਂ ਭੁੱਲਾਂ ਦੁੱਖਾਂ ਸਰਬਾ ਸੰਗਤ ਨੇ ਖਿਮਾ ਕਰਨੀਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਇਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਸੇ ਤਰ੍ਹਾਂ ਪ੍ਰੇਮ ਵਿੱਚ ਸ਼ਰਧਾ ਵਿੱਚ ਵਿਸ਼ਵਾਸ ਦੇ ਵਿੱਚ ਵਾਧਾ ਹੋਵੇ ਵਿਸ਼ਵਾਸ ਤੋਂ ਬਿਨਾਂ ਜਿਹੜਾ ਗਿਆਨ ਹੈ ਗੁਰਮੁਖ ਉਹ ਅਧੂਰਾ ਗਿਆਨ ਹੈ ਤੇ ਮਹਾਰਾਜ ਦੀ ਪਵਿੱਤਰ ਬਾਣੀ ਕਹਿੰਦੀ ਹੈ ਜਿਹੜੇ ਹਿਰਦੇ ਵਿੱਚ ਵਿਸ਼ਵਾਸ ਜਾਗ ਪੈਂਦਾ ਹੈ ਗਿਆਨ ਉੱਥੇ ਆਪ ਹੀ ਪ੍ਰਗਟ ਹੋ ਜਾਂਦਾ ਹੈ ਜਾਂ ਕਰਦਾ ਹੈ ਵਿਸ਼ਵਾਸ ਪਰ ਆਇਆ ਤਤ ਗਿਆਨ ਤੇ ਸੰਬੰਧ ਪ੍ਰਗਟਾ ਹੈ ਆਓ ਭਰੋਸਾ ਅਕੀਦਾ ਸ਼ਰਧਾ ਤੇ ਵਿਸ਼ਵਾਸ ਪੂਰਨ ਪੱਕ ਕਰੀਏ ਤਰਕਵਾਦੀ ਵਿਚਾਰਾਂ ਤੋਂ ਦੂਰ ਰਹਿ ਕੇ
अपने जीवन में सेवा ते सिमरन दी रंगण विच रंगण दा जतन करिए। सारिया संगतां दा बहुत बहुत धन्यवाद। अज संगतां नूं बैठण विच काफ़ी तकलीफ होई होएगी क्योंकि लगभग डेढ़ महीने तो सेवा चल रही है दुकान हाल के अंदर। इस स्टेज नवी बनी है, सारी अजे मुकम्मल तैयारी नहीं हुई। पहला भी संगत को बेनती की गई सी कि आने वाले एक डेढ़ महीने बाद पक्के तौर पर सतगुरु सच्चे पातशाह जी के प्रकाश इतने हो जाने हैं और संगत को मैं प्रेम रूप में ही बेनती करनी चाहता हाँ कि लगभग इस सारी तैयारी के उत्ते 30-35 लाख रुपए का खर्चा होना है। कोई उगराई वास्ते अपील नहीं कर रहे, कई बार संगतों को पता नहीं लगता क्योंकि जड़िया टर्नल चीज़ा होंगे संगत को बहुत खेचल करनी पड़ती है। जो कोई प्रोग्राम होंगे साउंड आदि होर कई चीज़ों की अजे कमी सी, वो सारा कुछ हम पक्के तौर पर दरबार हाल के फिक्स करके वो दरबार साहब बनाया जाना। इधर कमरा बनया बाद बरांडे की सेवा मुकम्मल हो चुकी है, उस तो बाद कारपेट नामा लगना है और आने वाले समय के संगत को एक बेनती समझ लो, एक अपील समझ लो। आप जी ने बड़े प्रेम के नाल इस गल पर ध्यान देना कि जो पुरातन बीबियां भैन गुरुद्वारा साहब जांदियां होंदियां सी ना, वो कई बार गुरु दी जोतां दे विच पाण वास्ते घिओ लैके जांदियां सी, आटा लैके जांदियां सी मत्था टेकण वास्ते, आप देखते होंगे। पर अज जो समा चल रहा गुरुद्वारा साहब के 300-400 पखा चलता, सैकड़े लाइटा जगदियां और लखां रुपए के हिसाब न बिल आता बिजली का। आने वाले समय के लंगर हाल बनाने की भी जो योजना है वो मन ही मन के अंदर चल रही है। पर इस तो पहला संगत को बेनती है कि जो बिजली का खर्चा है बहुत ज़्यादा बढ़ चुका है, जो संगत समागम करा के भी जांदियां ने वो भी कोई बिजली का खर्च या होर स्थान का खर्चा भेटा के रूप में नहीं दे के जांदियां, उदा ही आए तो समागम करके चले गए। ये गल्लां वैसे स्टेज पर कहने वाली नहीं होंदियां पर संगत इतिहास चमकाउणियां भी जरूरी ने। 3.5 लाख रुपए की फसल होंगी है, मैं बेनती कर देंगे लाइव उठा दे उठा के कि संगत इस गल तो कई बार ये हो जाता कि परिवार वागू दास बेनती कर रहा। 3.5 लाख की फसल होंगी है तो तकरीबन 40-50 लाख रुपया साल का खर्चा स्थान का कला कला हिसाब लिखा हुआ बिल्डिंग फंड को बैठा। इस करके संगत को बेनती है कि आने वाले समय के जो विचार बन रही है कि सोलर प्रोजेक्ट लाया जाए ताकि गुरुद्वारा साहब की घट्टो घट अद्धे तो ज़्यादा बिजली आपको फ्री पठानकोट शुकराना आओ सारे प्यार करो जी। धन है धन है धन है गुरु नानक देव जी, धन है धन है धन है गुरु नानक देव जी, धन है I'm
Satnam Shri Vaheguru Bol,